सत श्री अकाल, अस्सलाम वालेकुम। मैं तुहाडा अपना हरजीत सिंह जड़ियाला। तो ये वीडियो सानू भाई जसवीर सिंह खालसा बठिंडा, जो कि पंजां तख्तां दी यात्रा करते हुए यूपी दे जिला सीतापुर विच गए हुए सी, ते उन्होंने ये वीडियो सानू कली है। तो बजुर्ग 1947 तो पहला जिला लाइलपुर विच एक पिंड विच रहिंदे सन, ते 1947 दे उजाड़े तो बाद इन्हां दा परिवार जिला सीतापुर यूपी विच आके आबाद हो गया। ते हाँ जी, वाहिगुरू जी का खालसा, वाहिगुरू जी की फतेह, सत श्री अकाल, सलामां अलैकुम, आदाब सारे। अज दोस्तों असीं पहुँचे हाँ इत्थे अपना यूपी दे विच शहर, छोटा जिहा एक नगर पैंदा जी कुतुब नगर दे लागे, ते इह परिवार दे विच इत्थे राती रुके सां। इत्थे सानूं बजुर्ग मिले ने, कोई 90 साल दे लगभग उहनां दी उम्र है, 90-95 साल दी। ये इलाका पैंदा जी यूपी दे विच सीतापुर हरदोई महकलगंज दा जिहड़ा इलाका पै जांदा, ये अलग अलग शहर ने वड्डे। ते आओ आपां उह बजुर्गां दे नाल गल्लबात करदे हां, 47 दे हवाले नाल किवें उजाड़े पंजाब दा उजाड़ा होया, किवें रंगां विच वसदे हुए परिवार पलां दे विच उजड़ गए, वो सारे हवाले आपां इहनां नाल गल्लां बातां इहनां नाल करदे हां। बापू जी सत श्री अकाल, वाहिगुरू जी का खालसा, वाहिगुरू जी की फतेह। बापू जी अपना नाम दस्यो थोड़ा जा। गोपाल सिंह। गोपाल सिंह जी, ते अपने बजुर्गां दा नाम? सरदार बंता सिंह। सरदार बंता सिंह जी, ते दादा जी दा नाम? दादा जी दा नाम जमीत सिंह। जमीत सिंह, जमीत सिंह जी। हाँ जी 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 जी। ते आप जी जिहड़ा जदों तुसीं पाकिस्तान वाले पासे तो लैंदे पंजाब तो इधर आए हो, बजुर्ग सन पिछला पिंड राम तीर्थ लागे क्याला। अच्छा, राम तीर्थ दे लागे क्याला पिंड तुहाडा है? दादे तुहाडे इत्थों राम तीर्थ दे लागे अमृतसर दे लागे ਜਿਹੜਾ ਕਿਆਲਾ ਪਿੰਡ ਹੈ, ਇੱਥੋਂ ਤੁਹਾਡੇ ਜਿਹੜੇ ਦਾਦੇ ਨੇ ਉਹ ਗਏ ਸਨ, ਕਿੱਥੇ ਗਏ ਫਿਰ? ਉਧਰ ਉਧਰ ਗਿਆ ਜੀ, ਜ਼ਿਲ੍ਹਾ ਲੈਲਪੁਰ। ਹਾਂਜੀ, ਪਿੰਡ ਦਾ ਨਾਂ ਹੈ ਟੋਟੀਆਂ ਕਿਆਲਾ। ਅੱਛਾ, ਜ਼ਿਲ੍ਹਾ ਲੈਲਪੁਰ ਦੇ ਵਿੱਚ ਪਿੰਡ ਹੈਗਾ ਜੀ ਟੋਟੀਆਂ ਕਿਆਲਾ। ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਇਹ ਰਾਮ ਤੀਰਥ ਦੇ ਲਾਗੇ ਕਿਆਲਾ ਟੋਟੀਆਂ, ਹਾਂਜੀ, ਅਤੇ ਇੱਥੋਂ ਹੀ ਉਹ ਬਜ਼ੁਰਗਾਂ ਨੇ ਵਡਾਰੂਆਂ ਨੇ ਜਾ ਕੇ ਉੱਥੇ ਪਿੰਡ ਜਿਹੜਾ ਵਧਾ, ਉੱਥੇ ਜ਼ਮੀਨ ਲਾ ਲੈਣਾ ਅਲਾਟ ਹੋਈ। ਹਾਂਜੀ ਹਾਂ, ਅੰਗਰੇਜ਼ ਨੇ ਦਿੱਤੀ ਸੀ ਵੀ ਜ਼ਮੀਨ ਵਾਦ ਕਰ ਲਓ ਤੁਸੀਂ, ਜੀ ਜੀ, ਅਤੇ ਤੁਹਾਡੇ ਨਾਂ ਹੋ ਜੂ। ਅੱਛਾ ਅੱਛਾ, ਇਸ ਕਰਕੇ ਉਹ ਆਪਣਾ ਪੁਰਾਣਾ ਨਾਮ ਦਾ ਹੀ ਪਿੰਡ ਉਹਨਾਂ ਨੇ ਉੱਥੇ ਬੰਨ ਲਿਆ? ਨਹੀਂ, ਉੱਥੇ ਨਹੀਂ ਜੀ, ਉੱਥੇ ਤਗੜਾ ਪਿੰਡ ਬਣ ਗਿਆ, ਤਗੜਾ ਉੱਥੇ ਮੇਰਾ ਖਿਆਲ 25-30 ਘਰ ਬਣੇ ਆ। ਮੈਂ ਉਹੀ ਗੱਲ ਕਰਦਾ ਨਾ ਵੀ ਉੱਥੇ ਜਦੋਂ ਕੋਈ 20-25-50 ਘਰ ਜਿੰਨੇ ਵੀ ਹੋਏ, ਹਾਂਜੀ, ਅਤੇ ਉਹਨਾਂ ਨੇ ਉਹ ਆਪਣੇ ਪਿੰਡ ਦਾ ਨਾਮ ਉਹੀ ਰੱਖਿਆ ਜਿੱਥੋਂ ਗਏ ਸਨ, ਉਹੀ ਨਾਮ ਰੱਖ ਲਿਆ, ਹੈ ਨਾ? ਅੱਛਾ ਅੱਛਾ, ਉੱਥੇ ਫਿਰ ਕਾਫੀ ਪੈਲੀ ਸੀ ਆਪਣੀ? ਉੱਥੇ ਜੀ ਸਾਡੇ ਬਜ਼ੁਰਗਾਂ ਨੇ 25 ਕਿੱਲੇ ਬਣਾਏ। ਅੱਛਾ ਅੱਛਾ, ਜ਼ਮੀਨ ਵਧੀਆ ਸੀ ਉੱਥੇ? ਜ਼ਮੀਨ ਜੀ ਉਹਦੀ ਕੀਮਤ ਪਈ ਆ ਜੀ 18 ਆਨੇ ਲੈਲਪੁਰ ਦੀ। ਅੱਛਾ, ਬਾਕੀ ਜ਼ਮੀਨਾਂ ਦੀਆਂ ਕੀਮਤਾਂ ਘੱਟ ਜਾ ਕੇ 12 ਆਨੇ ਕਿਤੇ 14 ਆਨੇ। ਪਾਣੀ ਦਾ ਫਿਰ ਕੀ ਪ੍ਰਬੰਧ ਸੀ ਉਸ ਵੇਲੇ? ਨਹਿਰ ਚੱਲਦੀ ਜੀ। ਅੱਛਾ, ਝੰਗ ਨਹਿਰ ਜੀ, ਕਿਹੜੀ? ਝੰਗ ਨਹਿਰ। ਝੰਗ ਨਹਿਰ, ਹਾਂਜੀ, ਇਹ ਦਰਿਆ ਆਪਣੇ ਇਹਦੇ ਵਿੱਚੋਂ ਨਿਕਲਦੀ ਹੋਣੀ ਆ, ਚਨਾਹ ਦੇ ਵਿੱਚੋਂ ਨਿਕਲਦੀ। ਹਾਂਜੀ ਹਾਂ ਹਾਂ, ਚਲੋ, ਬਾਕੀ ਉਹ ਸਾਡੇ ਉਹ ਤਾਂ ਦੋਸਤ ਰਹਿੰਦੇ ਨੇ, ਉਹਨਾਂ ਨੂੰ ਪਤਾ ਵਾ। ਉਸ ਵੇਲੇ ਫਿਰ ਕਿਹੋ ਜਿਹਾ ਬਿਹੇਵ ਸੀ? ਇਕੱਲਾ ਸਿੱਖਾਂ ਦਾ ਹੀ ਪਿੰਡ ਸੀ ਇਹ ਜਿੱਥੇ ਤੁਸੀਂ ਰਹਿੰਦੇ ਸੀ? ਉੱਥੇ ਜੀ ਮੁਸਲਮਾਨ ਵੀ ਸੀ। ਹਾਂਜੀ, ਮੁਸਲਮਾਨਾਂ ਦੀ ਆਬਾਦੀ ਥੋੜ੍ਹੀ ਸੀ, ਐਵੇਂ ਮਜ਼੍ਹਬੀ ਸਿੰਘ ਸੀ। ਅੱਛਾ ਜੀ, ਅਤੇ ਸਿੱਖਾਂ ਦੇ ਘਰ ਜ਼ਿਆਦਾ ਸੀ ਜੀ, ਜਿਹੜੇ ਮਜ਼੍ਹਬੀ ਸਿੰਘ ਜੀ ਉਹ ਵੀ ਸਮਝ ਵਿੱਚ ਆਏ ਸਿੱਖ ਸੀ। ਹਾਂ, ਉਹ ਸਿੱਖਾਂ। ਹਾਂਜੀ ਹਾਂਜੀ, ਅਤੇ ਉਹਨਾਂ ਦਾ ਉਹ ਜਾਣੀ ਕਹਿ ਲਈਏ ਆਪਾਂ ਉਹਨਾਂ ਨੂੰ ਕਹਿ ਲਈਏ ਵੀ ਆਪਾਂ ਆਮ ਗਰੀਬ ਸਿੱਖ ਕਹਿ ਸਕਦੇ ਹਾਂ ਆਪਾਂ ਵੀ? ਉੱਥੇ ਜੀ ਮਜ਼੍ਹਬੀ ਸਿੰਘ ਕਹਿੰਦੇ। ਹਾਂਜੀ ਹਾਂਜੀ, ਮਤਲਬ ਉਹ ਉਹਨਾਂ ਕੋਲ ਪਹਿਲੀ ਬੰਨਾ ਘੱਟ ਹੋਣਾ, ਉਹ ਆਮ ਤੁਹਾਡੇ ਨਾਲ ਕੰਮ ਕਰਵਾਉਂਦੇ ਹੋਣਗੇ, ਮਜ਼ਦੂਰੀ ਕਰਵਾਉਂਦੇ ਹੋਣਗੇ ਤੁਹਾਡੇ ਨਾਲ। ਆਤਰਮੀ ਉਹਨਾਂ ਨੂੰ ਆਤਰਮੀ ਕਹਿੰਦੇ, ਉਹ ਅੰਮ੍ਰਿਤਧਾਰੀ ਸੀ, ਸਿੱਖ ਸੀ। ਅੱਛਾ ਅੱਛਾ, ਚਲੋ ਉਹ ਤਾਂ ਆਪਾਂ ਕਰਦੇ ਹਾਂ ਗੱਲ। ਹਾਂਜੀ, ਅੱਛਾ, ਉੱਥੇ ਫਿਰ ਬਿਹੇਵ ਕਿੱਦਾਂ ਦਾ ਸੀ, ਮਤਲਬ ਲੋਕਾਂ ਦਾ ਜਿਹੜਾ ਆਮ ਲੋਕ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਜਾਂ ਵਿਆਹ ਸ਼ਾਦੀ ਜੰਮਣ ਮਰਨੇ ਵਿੱਚ ਕਿਸ ਤਰ੍ਹਾਂ ਦੇ ਲੋਕ ਵਰਤਦੇ ਸਨ? ਉਦੋਂ ਜੀ ਭਾਈਚਾਰਾ ਇਕੱਠਾ ਸੀ। ਅੱਛਾ,
मजहबी सिंह की मुसलमान की सब भाईचारा से एक दूजे को जी मिलते जी रेड़ा के मगरों पंजाब बिल्कुल बिल्कुल बिल्कुल। तो चलो हुण आपां संखेप दे विच गल करदे आ कि जदों तुसी इधर आउण दा तुहाडा सबब बनिया उजाड़ियां दा उजाड़े शुरू हो गए तुहानू किवें पता लग्या वी हुण असीं इत्थों छड के जाणा ए पिंड नूं? ਉਹ ਜੀ ਇੱਦਾਂ ਹੋਈ ਅਸੀਂ ਮੈਂ ਖੇਤਾਂ 'ਚੋਂ ਆ ਰਿਹਾ ਹਾਂ ਜੀ ਅਤੇ ਸਾਡੇ ਪਿੰਡ 'ਚ ਮਿਸਤਰੀਆਂ ਦੇ ਘਰ ਸੀ। ਅੱਛਾ ਜੀ। ਅਤੇ ਗੱਡਿਆਂ ਨੂੰ ਮੋੜੀਆਂ ਪਾਵਣ ਕੋਈ ਕੁਛ ਕਰੀ ਜਾਵੇ ਕੋਈ ਕੁਛ ਲੱਕੜੀ ਜੋੜੀ ਵਾਲੇ ਗੱਡੇ ਸੀ। ਹਾਂਜੀ। ਅਤੇ ਮੈਂ ਜਿਹੜੇ ਆਇਆ ਅਤੇ ਵੇਖਿਆ ਮੈਂ ਘਰ ਆਇਆ। ਹਾਂਜੀ। ਅਤੇ ਘਰ ਮੇਰਾ ਬਾਪ ਕਹਿੰਦਾ ਵੀ ਇੱਦਾਂ ਕਰ। ਹਾਂਜੀ। ਅਤੇ ਜਿਹੜੀਆਂ ਮਈਆਂ ਨਾ ਜਾ ਕੇ ਉਹਨਾਂ ਨੂੰ ਮਕਈ 'ਚ ਛੱਡ ਦੇ। ਅੱਛਾ। ਅਤੇ ਕਣਕ ਨੂੰ ਮਈਆਂ ਭੁੱਖੀਆਂ ਨਾ ਰਹਿਣ। ਹਾਂਜੀ। ਅਤੇ ਜਦ ਮੈਂ ਘਰ ਆਇਆ ਤਾਂ ਬਿਸਤਰੇ ਬਣਨ ਡਏ। ਅੱਛਾ। ਕੋਈ ਪਿੰਡ ਦਾ ਪੰਡਤ ਆ ਜਾਏ ਜੀ ਮੇਰਾ ਬੇਸਰਾ ਰੱਖੋ, ਨਾਈ ਆ ਜਾਏ ਮੇਰਾ ਬੇਸਰਾ ਰੱਖੋ, ਮਿਸਤਰੀ ਸਿੰਘ ਆ ਜੀ ਮੇਰਾ ਬੇਸਰਾ ਰੱਖੋ, ਲੱਕੜ ਦੀ ਜੋੜੀ ਵਾਲੇ ਗੱਡੇ ਸਮਾਨ ਕਿੰਨਾ ਕੁ ਰੱਖ ਲੈਣਾ ਸੀ, ਆਪਣਾ ਵੀ ਰੱਖਣਾ ਸੀ। 13-14 ਸਾਲ ਦੀ ਤੁਹਾਡੀ ਉਸ ਵੇਲੇ ਉਮਰ ਸੀ। ਹਾਂਜੀ। ਪਿੰਡ ਦੇ ਵਿੱਚ ਹੋਰ ਬਰਾਦਰੀਆਂ ਵੀ ਰਹਿੰਦੀਆਂ ਸਨ? ਬਹੁਤ। ਅੱਛਾ। ਮੁਸਲਮਾਨ। ਅਤੇ ਉਹ ਤੁਸੀਂ ਦੱਸਿਆ ਆਪਣਾ ਮਜ਼ਹਬੀ ਸਿੰਘ, ਮਜ਼ਹਬੀ ਸਿੰਘ ਜਾਂ ਆਪਣੇ ਆਦਿ ਧਰਮੀ ਜਾਂ ਹੋਰ ਨਾਈ ਬਰਾਦਰੀ ਜਾਂ ਕੋਈ ਇਹ ਸਭ ਸਾਰੀਆਂ ਚੇਲੀ ਸੀ ਜਿਹੜੇ ਇੱਦਾਂ ਜੀ ਸਾਰੀਆਂ ਬਰਾਦਰੀ। ਅੱਛਾ। ਉਹਨਾਂ ਬਜ਼ੁਰਗਾਂ ਦੇ ਆਪਣਾ ਇੱਕ ਹੋਰ ਗੱਲ ਕਿ ਗੁਰਦੁਆਰਾ ਸਾਹਿਬ ਹੈ ਸੀ ਉੱਥੇ ਪਿੰਡ? ਹਾਂਜੀ ਆਪਣੇ ਪਿੰਡ ਨਗਰ ਨੇ ਬਣਾਇਆ ਸੀ ਗੁਰਦੁਆਰਾ ਸਾਹਿਬ ਹੈਗਾ ਸੀ। ਮਸਜਿਦ ਵੀ ਸੀ? ਮਸੀਤ ਮੁਸਲਮਾਨਾਂ ਦੀ? ਮਸੀਤ ਨਹੀਂ, ਸਾਡੇ ਸਿੱਖਾਂ ਦੇ ਘਰ ਜਾਂਦੇ ਸੀ। ਅੱਛਾ। ਨਾ ਨਮਾਜ਼ ਪੜ੍ਹਨ ਦਿੰਦੇ ਸੀ। ਹਾਂ। ਅਤੇ ਨਾ ਆਪਣਾ ਅੰਦਰ ਵੜ ਕੇ ਕਰਦੇ ਸੀ। ਕਿਉਂ ਨਮਾਜ਼ ਕਿਉਂ ਨਹੀਂ ਪੜ੍ਹਨ ਦਿੰਦੇ ਸੀ? ਬਾਂਗ ਆਪਣੀ ਬਾਂਗ ਆ ਨਾ, ਬਾਂਗ ਨਹੀਂ ਦਿੰਦੇ ਲੈਣ ਜਿਹੜੇ ਸਿੱਖਾਂ ਦੇ ਵੀ ਬਾਂਗ ਨਹੀਂ ਤੁਸੀਂ ਦੇ ਸਕਦੇ। ਅੱਛਾ। ਬੋਲਦੇ ਨਾ ਮਸੀਤਾਂ 'ਚ ਬਣ। ਹਾਂ ਹਾਂ ਇਹ ਤਾਂ ਫਿਰ ਗਲਤ ਗੱਲ ਸੀ ਹੈ ਨਾ। ਨਹੀਂ ਜੀ ਉਹ ਸਰ ਇੱਦਾਂ ਸੀ ਨਾ ਉਸ ਵੇਲੇ ਦਾ। ਚਲੋ ਆਪਾਂ ਉਹ ਗੱਲ ਵੱਖਰੀ ਆ। ਅਤੇ ਕਿਉਂਕਿ ਕਿਸੇ ਵੀ ਧਰਮ ਨੂੰ ਕਿਸੇ ਵੀ ਨਹੀਂ ਉੱਦਾਂ ਨਹੀਂ ਡੱਕਦੇ, ਪਰ ਉਹ ਆਣ ਕੇ ਉੱਦਾਂ ਹੀ ਜਿਹੜਾ ਉਹਨਾਂ ਦਾ ਹੁੰਦਾ ਸੀ ਨਾ ਰਿਸ਼ਤੇਦਾਰ, ਉਹਨੂੰ ਵੀ ਆਉਂਦੇ ਵੀ ਭਾਈ ਬਾਗ ਨਹੀਂ ਦੇਣੀ, ਉੱਦਾਂ ਅੰਦਰ ਵੜ ਕੇ ਪੜ੍ਹ ਲਓ ਜੋ ਕਰਨਾ। ਚਲੋ ਠੀਕ ਹੈ ਜੀ। ਅੱਛਾ ਇਹ ਪਹਿਲੀ ਵਾਰੀ ਮੈਨੂੰ ਪਤਾ ਲੱਗਿਆ ਇਸ ਗੱਲ ਦਾ। ਅਤੇ ਚਲੋ ਜਿੱਥੇ ਜਿੱਥੇ ਵੀ ਕਿਸੇ ਦੀ ਬਹੁ ਗਿਣਤੀ ਆ, ਕਿਸੇ ਵੀ ਮਜ਼ਹਬ ਦੀ ਹੈ, ਕਿਸੇ ਧਰਮ ਦੀ ਆ, ਉਹ ਕਰੀਬਨ ਕਰੀਬਨ ਕਿਤੇ ਨਾ ਕਿਤੇ ਦੂਸਰਿਆਂ 'ਤੇ ਥੋੜ੍ਹਾ ਬਹੁਤਾ ਜਿਹੜਾ ਹੈਗਾ ਉਹ ਪੈਂਦਾ ਹੀ ਹੈ। ਉੱਥੇ ਫਿਰ ਜਿਹੜੇ ਮੰਦਰ ਵੀ ਸੀ ਕੋਈ ਹਿੰਦੂਆਂ ਦਾ? ਨਾ। ਅੱਛਾ। ਇਕੱਲਾ ਗੁਰਦੁਆਰਾ ਸਾਹਿਬ ਹੀ ਸੀ ਜੀ? ਅੱਛਾ ਅੱਛਾ। ਤਖਾਣ ਸੀ ਮਿਸਤਰੀ ਦੀ? ਇੱਕ ਪੁਰਾਣੇ ਬਜ਼ੁਰਗਾਂ ਦੇ ਕੋਈ ਨਾਮ ਦੱਸੋ ਤੁਹਾਡੇ ਜਿਹੜੇ ਵੇਲੇ ਦੇ ਸਨ, ਜਿਹੜੇ ਮੁਸਲਮਾਨ ਜਾਂ ਕੋਈ ਹਿੰਦੂ ਜਾਂ ਸਿੱਖਾਂ ਦੇ ਵਿੱਚੋਂ ਕੋਈ ਵਡਾਰੂ ਜਿਹੜਾ ਕੋਈ ਜਿਵੇਂ ਆਪਾਂ ਆਗੂ ਹੱਥ ਕਹਿੰਦੇ ਹਾਂ ਜਿਹਨੂੰ, ਜਿਹੜੇ ਪਿੰਡ ਦੇ ਮੁਖੀ ਬੰਦੇ ਸਨ, ਉਹਨਾਂ ਦੇ ਬਾਰੇ ਕੋਈ ਹੈ ਕੋਈ ਜਾਣਕਾਰੀ? ਮੁਸਲਮਾਨ ਚੋਣ ਨਹੀਂ, ਜਿਹੜੇ ਆਗੂ ਹੱਥ ਬੰਦੇ ਨਹੀਂ ਪਿੰਡ ਦੇ ਵਿੱਚ ਹੁੰਦੇ, ਕੋਈ ਪੰਚ ਹੁੰਦੇ ਨੇ, ਕੋਈ ਨੰਬਰਦਾਰ ਹੁੰਦਾ, ਕੋਈ ਸਰਪੰਚ ਹੁੰਦਾ, ਜਿਵੇਂ ਸਰਪੰਚ ਤਾਂ ਉਦੋਂ ਨਹੀਂ ਸੀ ਹੁੰਦਾ। ਰੱਸੇ ਵਾਲਿਆਂ ਦੇ ਨਾਮ ਦੱਸ ਸਕਦੇ ਤੁਹਾਨੂੰ ਯਾਦ ਆ? ਬਾਕੀ ਰੱਸੇ ਵਾਲਿਆਂ ਦੇ ਇਹਨਾਂ ਨੇ ਰੱਸਾ ਅੰਗਰੇਜ਼ ਨਾਲ ਖਿੱਚਿਆ ਸੀ ਨਾ, ਮਰਬਾ ਨਾਮ ਦਾ ਮਿਲਿਆ ਸੀ। ਅੱਛਾ। ਜਿਨ੍ਹਾਂ ਨੂੰ ਮਰਬਾ ਨਾਮ ਦਾ ਮਿਲਿਆ ਸੀ ਅੰਗਰੇਜ਼ਾਂ, ਉਹਨਾਂ ਨਾਮ ਤੋਂ ਤਿੰਨਾਂ ਦੇ ਜਾਣ। ਅੱਛਾ। ਰੱਸਾ ਜਿਹੜਾ ਆਪਾਂ ਰੱਸਾ ਕਸੀ ਉਹ ਆਪਾਂ ਆਮ ਪੰਜਾਬ ਦੀ ਖੇਡ ਆ ਇੱਕ, ਅੰਗਰੇਜ਼ ਨਾਲ ਜੀ ਖੇਡੇ ਸੀ। ਅੱਛਾ। ਖਿੱਚਿਆ ਸੀ ਅਤੇ ਅੰਗਰੇਜ਼ ਨੇ ਫਿਰ ਦਿੱਤਾ ਸੀ ਮਰਬਾ ਮਰਬਾ ਨਾਮ ਦਾ। ਹਾਂਜੀ। ਕਿਹਨਾਂ ਨੇ ਖਿੱਚਿਆ ਸੀ ਉਹ? ਇਹ ਫੌਜਾ ਸਿੰਘ ਸੀ। ਅੱਛਾ ਜੀ। ਇੱਕ ਬਿਸ਼ਨ ਸਿੰਘ ਸੀ ਜੀ, ਅਤੇ ਇੱਕ ਦਾ ਹੋਰਾਂ ਦੇ ਬਹੁਤ ਜ਼ਿਆਦਾ ਮੈਂ ਨਾਂ ਨਹੀਂ ਜਾਣਦਾ, ਤਿੰਨ ਡੂੰਘਣੇ ਦੇ ਮੈਂ ਵੇਖਿਆ। ਜਿਹੜੀਆਂ ਉਹਨਾਂ ਨੇ ਰੱਸਾ ਖਿੱਚਿਆ ਸੀ ਅੰਗਰੇਜ਼ਾਂ ਦੇ ਨਾਲ, ਅੰਗਰੇਜ਼ਾਂ ਨਾਲ, ਅਤੇ ਫਿਰ ਉਹਨਾਂ ਨੂੰ ਮਰੱਬਾ ਮਿਲਿਆ ਉੱਥੇ? 12 ਜਵਾਨ ਸੀ, 12 ਨੂੰ 12 ਮਰੱਬੇ ਮਿਲੇ। ਅੱਛਾ ਅੱਛਾ ਅੱਛਾ। ਉੱਥੇ ਹੋਰ ਕੋਈ ਪਿੰਡ ਦੇ ਬਜ਼ੁਰਗਾਂ ਦੇ ਨਾਮ ਕੋਈ? ਉਹਨਾਂ ਦੇ ਜਿਹੜੇ ਸਾਡੇ ਭਾਈਚਾਰਾ ਸਰੀਕਾ ਸੀ ਉਹਨਾਂ ਜੋ ਤਿੰਨੇ ਨਾਂ ਜਾਣਨਾ। ਹਾਂ ਦੱਸੋ। ਇੱਕ ਦਾ ਨਾਂ ਊਧਮ ਸਿੰਘ ਜੀ, ਇੱਕ ਨਾਂ ਆਸਾ ਸਿੰਘ। ਆਸਾ ਸਿੰਘ, ਊਧਮ ਸਿੰਘ ਅਤੇ ਆਸਾ ਸਿੰਘ। ਭਾਨ ਸਿੰਘ, ਭਾਨ ਸਿੰਘ, ਇਹ ਤਿੰਨੇ ਭਰਾ ਸੀ। ਅੱਛਾ। ਇਹ ਤਿੰਨੋਂ ਭਰਾ, ਠੀਕ ਹੈ। ਹੋਰ ਸੀ ਬਾਬਾ ਸੈਲੂ, ਸੈਲੂ ਆਉਂਦੇ ਨੇ ਬਜ਼ੁਰਗ ਸੀ ਬਹੁਤ। ਬਾਬਾ ਸੈਲੂ। ਅੱਛਾ ਜੀ। ਉਹਦਾ ਬਾਪ ਲੜਕਾ ਸੀ ਤੇਜਾ ਸਿੰਘ। ਤੇਜਾ ਸਿੰਘ, ਹਾਂਜੀ। ਹੋਰ ਹੈਗਾ। ਅੱਛਾ। ਇਸ ਤਰ੍ਹਾਂ ਦੇ ਨਾਲ ਜਿਹੜੇ ਕੋਈ ਤੇਲੀ ਪਰਿਵਾਰ ਜਿਹੜੇ ਤੁਸੀਂ ਦੱਸਦੇ ਹੋ ਜਾਂ ਬ੍ਰਾਹਮਣ ਪਰਿਵਾਰ, ਪੰਡਿਤ ਪਰਿਵਾਰ ਦੱਸਦੇ ਹੋ, ਉਹਨਾਂ ਦਾ ਵੀ ਕਿਸੇ ਦਾ ਨਾਮ ਯਾਦ ਆ? ਕਿਸੇ ਦੀ ਹੱਟੀ ਪੰਡਿਤ ਸੀ ਇੱਕ, ਤੀਰਥ ਰਾਮ ਆਉਂਦੇ ਨੇ ਉਹਨੂੰ, ਤੀਰਥ ਰਾਮ ਪੰਡਿਤ ਸੀ। ਤੇਲੀਆਂ ਦਾ ਕੋਈ ਬਜ਼ੁਰਗ? ਤੇਲੀਆਂ ਦਾ ਸ਼ਾਬੂ, ਸ਼ਾਬੂ ਆਉਂਦੇ ਨੇ, ਸ਼ਾਬੂ, ਸ਼ਾਬੂ। ਅੱਛਾ। ਉਹ ਤਾਂ ਫਿਰ ਉੱਥੇ ਹੀ ਹੋਣਗੇ ਮੁਸਲਮਾਨ ਸੀ? ਪਾਕਿਸਤਾਨ ਮਰ ਮੁਰ ਗਏ ਹੋਣੇ ਵਿਚਾਰੇ, ਸਾਡੇ ਆਣੀ ਮਰ ਮੁਰ ਗਏ। ਅੱਛਾ ਅੱਛਾ ਅੱਛਾ। ਸਕੂਲ ਹੈਗਾ ਸੀ ਉੱਥੇ ਤੁਹਾਡੇ? ਹਾਂ ਸਕੂਲ ਹੈ ਜੀ। ਅੱਛਾ। ਸਕੂਲ ਕਿੰਨੀਆਂ ਜਮਾਤਾਂ ਦਾ ਸੀ? ਸਕੂਲ ਜੀ ਘਿਆਲੇ ਦੇ ਵਿੱਚ ਸੀ, ਸਾਡੇ ਪਿੰਡ ਤੋਂ ਮੀਲ ਪੈਂਦਾ ਸੀ ਅਡਵਾਂ। ਅੱਛਾ ਅੱਛਾ।
ਇੱਦਾਂ ਹੀ ਸਾਡੇ ਜਿਹੜੇ ਵਡਾਰੂ ਸੀ ਨਾ ਹਾਂਜੀ ਜਿਹੜੇ ਜ਼ਮੀਨ ਪੁਰ ਹੋਣ ਲੱਗੀ ਅਤੇ ਉਹ ਘਿਆਲਾ ਵੱਡਾ ਹੋ ਗਿਆ ਪੁਰ ਹਾਂਜੀ ਸਾਡੇ ਮਰਬੇ ਵਡੂਆਂ ਦੇ ਜਿਹੜੇ 12 ਮਰਬੇ ਸੀ ਉਹ ਫਿਰ ਟੂਟੀਆਂ ਘਿਆਲਾ ਵੱਜਣ ਲੱਗ ਪਏ ਉਹ ਟੂਟੀਆਂ ਜਾਣ ਕੇ ਬਹਿ ਗਏ ਅੱਛਾ ਨਾ ਉਹਨਾਂ ਨੇ ਰੱਖ ਲਿਆ ਟੂਟੀਆਂ ਘਿਆਲਾ ਜਾਣੀ ਦੋ ਪਿੰਡ ਸਨ ਲਾਗੇ ਲਾਗੇ ਹਾਂਜੀ ਅੱਛਾ ਔਰ ਜਾਣੀ ਇੱਕੇ ਨਾਮ ਦੇ ਦੋ ਪਿੰਡ ਬਣ ਗਏ ਬਣ ਗਏ ਨਹੀਂ ਜੀ ਘਿਆਲਾ ਬਣ ਗਿਆ ਵੱਖਰਾ ਹਾਂ ਇਹ ਟੂਟੀਆਂ ਘਿਆਲਾ ਨਾਮ ਬਣ ਗਿਆ ਵੀ ਜਿਹੜੇ ਜਿਹੜੇ ਸਾਡੇ ਘਿਆਲੇ ਦੇ ਨਾ ਲੋਕ ਹਾਂ 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 ਉਹਨਾਂ ਵਡਾਰੀਆਂ ਨੇ ਉਹ ਘਿਆਲਾ ਪੁਰ ਹੋ ਗਿਆ ਅੱਛਾ ਅਤੇ ਜ਼ਮੀਨ ਜਿਹੜੀ ਉੱਥੇ ਮੁੱਕ ਗਈ ਦੂਜੇ ਪਿੰਡ ਫਿਰ ਨਾਲ ਝੂਟੀਆਂ ਦੇ ਵਿੱਚ ਲਾਟ ਹੋ ਗਿਆ ਆਪਣੇ ਜੀ 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 ਚਲੋ ਆਪਾਂ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਫਿਰ ਸਕੂਲ ਵਿੱਚ ਜਮਾਤਾਂ ਕੁਛ ਪੜ੍ਹੇ ਵੀ ਹੋ ਸਕੂਲ ਦੇ ਵਿੱਚ ਨਹੀਂ ਪੜ੍ਹੇ ਤੁਸੀਂ ਜਦੋਂ ਬੱਚੇ ਸੋ ਬਚਪਨ ਦੇ ਵਿੱਚ ਉਦੋਂ ਖੇਡਾਂ ਖੇਡਦੇ ਵੀ ਉਹ ਖੇਡਦੇ ਕਿਸ ਤਰ੍ਹਾਂ ਸੀ ਕਿਹੜੀਆਂ ਖੇਡਾਂ ਖੇਡਦੇ ਸੀ ਕੀ ਕਰਦੇ ਹੁੰਦੇ ਸੀ ਉਦੋਂ ਜਿਹੜੇ ਛੋਟੇ ਛੋਟੇ ਹੁੰਦੇ ਆਪਣੇ ਦੂਜੀਆਂ ਖੇਡਾਂ ਜਾਣ ਵਾਲੀਆਂ ਕਿਹੜੀਆਂ ਉਹ ਮੈਂ ਖੇਡਾਂ ਪੁੱਛਣੀਆਂ ਚਾਹੁੰਦਾ ਸਾਡੇ ਜਿਹੜੇ ਸੱਜਣ ਬੇਲੀ ਨੇ ਹੁਣ ਦੇ ਜਿਹੜੇ ਅਸੀਂ ਜਿਹੜੇ ਸਾਡੀ ਮੇਰੀ ਉਮਰ ਦੇ ਨੇ ਜਾਂ ਸਾਡੇ ਬੱਚੇ ਹੋਣਗੇ ਜਿਹੜੇ ਅੱਗੇ ਉਹ ਇਹਨਾਂ ਨੂੰ ਜਾਣਨਾ ਚਾਹੁੰਦੇ ਨੇ ਤੁਹਾਡੇ ਵੇਲੇ ਦੀਆਂ ਕਿਹੜੀਆਂ ਖੇਡਾਂ ਸਨ ਉਹਨਾਂ ਦੇ ਜਾਂ ਕੌਡੀਆਂ ਖਨੋਟ ਹੁੰਦੇ ਸੀ ਕੌਡੀਆਂ ਖਨੋਟ ਖਨੋਟ ਅੱਛਾ ਇਹ ਖਨੋਟ ਕਿਵੇਂ ਹੁੰਦਾ ਖਨੋਟ ਹੁੰਦਾ ਸੀ ਜਿਹੜਾ ਇੱਕ ਤਾਂ ਖਾਣ ਵਾਲੇ ਖਨੋਟ ਹੁੰਦੇ ਆ ਹਾਂ ਇਹ ਦੂਜੇ ਖਨੋਟ ਹੁੰਦੇ ਸੀ ਜਿਹਨੇ ਗੋਲ ਉਹਨਾਂ ਵਿੱਚ ਨਿਕਲਦਾ ਨਹੀਂ ਗਿਰੀ ਗੁਰੀ ਨਹੀਂ ਨਿਕਲੀ ਉਹ ਖੇਡਣ ਵਾਲੇ ਹੁੰਦੇ ਅੱਛਾ ਖੇਡਣ ਵਾਲੇ ਜਿਵੇਂ ਉਹ ਜਿਹੜੇ ਕੁੜੀਆਂ ਢਾਲੇ ਢੁੱਲੇ ਜੇ ਖੇਡਦੀਆਂ ਇੱਦਾਂ ਦਾ ਇੱਦਾਂ ਨਹੀਂ ਖੇਡਦੇ ਹਾਂ ਨਹੀਂ ਉਹ ਖਨੋਟ ਐਡੇ ਐਡੇ ਹੁੰਦੇ ਸੀ ਉਹਨਾਂ ਨੇ ਖੇਡਦੇ ਕਿਵੇਂ ਸੀ ਆਪਣੇ ਖੁੱਤੀ ਅੱਛਾ ਖੁੱਤੀ ਪਾ ਕੇ ਉਹ ਜਿਵੇਂ ਕੱਚ ਦੀਆਂ ਗੋਲੀਆਂ ਪਾਉਂਦੇ ਸੀ ਅਸੀਂ ਅੱਛਾ ਅੱਛਾ ਹੋਰ ਫਿਰ ਕਿਹੜੀਆਂ ਖੇਡਾਂ ਖੇਡਦੇ ਸੀ ਬਸ ਹੋਰ ਇਹੋ ਨਿਆਣੇ ਵਾਲੀਆਂ ਲੁਕਣ ਮੀਚੀ ਖੇਡੀ ਜਾਂਦੀ ਲੁਕਣ ਮੀਚੀ ਖਿੱਦੋ ਖੁੰਡੀ ਵੀ ਖੇਡਦੇ ਸੀ ਖਿੱਦੋ ਖੁੰਡੀ ਘੱਟ ਹੁੰਦੀ ਸੀ ਅੱਛਾ ਅਤੇ ਉਹ ਹੁਣ ਤਾਂ ਜ਼ਮਾਨਾ ਬਦਲ ਗਿਆ ਸੀ ਉਦੋਂ ਕੁੜੀਆਂ ਮੁੰਡੇ ਸਾਰੇ ਲੁਕਣ ਮੀਚੀ ਇਕੱਠੀ ਖੇਡਣੇ ਭੈਣਾਂ ਭਰਾਵਾਂ ਦਾ ਬਿਲਕੁਲ 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 ਸਹੀ ਗੱਲ ਬੜਾ ਪਿਆਰ ਹੁੰਦਾ ਸੀ ਬਹੁਤ ਜ਼ਿਆਦਾ ਕਈ ਗੱਲਾਂ ਚੰਗੀਆਂ ਬਹੁਤ ਜ਼ਿਆਦਾ ਸੀ ਉਹ ਬਿਹੇਵ ਦੀਆਂ ਹੁਣ ਤਾਂ ਜ਼ਮਾਨਾ ਬਦਲ ਗਿਆ ਜੀ ਉਦੋਂ ਜ਼ਮਾਨਾ ਇੱਦਾਂ ਸੀ ਕੀ ਭੈਣ ਸੀ ਸਭ ਕੁਛ ਪਤਾ ਹੀ ਨਹੀਂ ਹੁੰਦਾ ਇਹਨਾਂ ਕਲਯੁਗ ਦਾ ਜਿੱਦਾਂ ਜੀ ਬਿਲਕੁਲ ਬਿਲਕੁਲ ਜੀ ਆਪਾਂ ਕਰਦੇ ਹਾਂ ਜੀ ਗੱਲਾਂ ਉਹ ਅਤੇ ਅੱਛਾ ਹੁਣ ਜਦੋਂ ਆਪਾਂ ਉੱਥੇ ਗੱਲ 'ਤੇ ਆਉਂਦੇ ਹਾਂ ਫਿਰ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਬਈ ਤੁਹਾਡੇ ਤੁਸੀਂ ਕਹਿੰਦੇ ਅਸੀਂ ਖੇਤੋਂ ਆਏ ਪੈਲੀ ਵਿੱਚੋਂ ਆਏ ਅਤੇ ਉਹ ਤੁਹਾਡੇ ਆਉਂਦਿਆਂ ਨੂੰ ਸਾਰੇ ਗੱਡਿਆਂ 'ਤੇ ਸਮਾਨ ਵਗੈਰਾ ਬੰਨ ਰਹੇ ਸਨ ਜਾਂ ਕੋਈ ਉਹ ਕਰ ਰਹੇ ਸਨ ਤਿਆਰੀ ਕਰ ਰਹੇ ਸਨ ਜਦੋਂ ਤੁਹਾਨੂੰ ਪਤਾ ਲੱਗਿਆ ਉਸ ਤੋਂ ਪਹਿਲਾਂ ਨਹੀਂ ਤੁਹਾਨੂੰ ਪਤਾ ਲੱਗਿਆ ਵੀ ਇੱਥੋਂ ਜਾਣਾ ਉਸ ਤੋਂ ਪਹਿਲਾਂ ਤੁਸੀਂ ਗੱਲਾਂ ਸੁਣਦੇ ਸੀ ਵੀ ਇੱਥੋਂ ਜਾਣਾ ਜੀ ਇੱਦਾਂ ਹੀ ਸਾਡੇ ਪੈਂਦਾ ਸੀ ਰੌਲਾ ਅੱਛਾ ਸਿੱਖਾਂ ਵਾਲੇ ਬੰਨੇ ਆਖਣਾ ਇੱਧਰ ਮੁਸਲਮਾਨ ਆ ਗਿਆ ਮੁਸਲਮਾਨ ਆ ਗਿਆ ਕਾਫਲੇ ਲੋਕਾਂ ਨੇ ਪੰਜ ਪੰਜ ਪਿੰਡ ਛੇ ਛੇ ਜਕਾਰੇ ਛੱਡਦੇ ਜਾਣੇ ਅੱਛਾ ਪਤਾ ਲੱਗਿਆ ਵੀ ਬਾਠੀ ਪੈ ਗਈ ਉੱਥੇ ਜਾਣਾ ਕੋਈ ਗੱਲਬਾਤ ਨਾ ਹੋਣੀ ਗਾਂ ਦੇ ਗਾਂ ਪਿੰਡ ਦੱਸੀ ਜਾਣਾ ਹਾਂਜੀ ਵੀ ਕਾਫਲਾ ਮੁਸਲਮਾਨਾਂ ਦਾ ਇੱਦਾਂ ਪੈ ਗਿਆ ਕੋਈ ਗੱਲ ਨਾ ਹੋਣੀ ਲੋਕਾਂ ਨੇ ਰੌਲਾ ਪਾਈ ਜਾਣਾ ਜਥੇ ਜਾਣੇ ਫਿਰ ਵਾਪਸ ਆ ਜਾਣੇ ਵੀ ਕੋਈ ਗੱਲਬਾਤ ਨਹੀਂ ਅੱਛਾ ਅੱਛਾ ਇਹ ਤੁਹਾਡੇ ਜਿਹੜੇ ਇਲਾਕੇ ਲਾਗੇ ਲਾਗੇ ਜਿਹੜੇ ਪਿੰਡ ਸਨ ਇਹ ਕਿੰਨੇ ਕੁ ਪਿੰਡ ਸਨ ਤੁਹਾਡੇ ਸਾਡੇ ਪਿੰਡ ਦੇ ਜੀ ਉਦੋਂ ਪਿੰਡ ਜਿਹੜੇ ਕੋਈ ਦੋ ਕੁ ਤੇ ਸੀ ਕਿਹੜੇ ਕਿਹੜੇ ਸੀ ਨਾਮ ਯਾਦ ਨੇ ਸਿੱਧਵਾਂ ਸੀ ਸਿੱਧਵਾਂ ਹਾਂਜੀ ਹਾਂਜੀ ਮੁੰਡਾ ਪਿੰਡ ਬਾਠ ਹੈਗਾ ਸਠਿਆਲਾ ਸਤਾਈਆਂ ਦੋ ਨਹੀਂ ਇਹ ਆਪਾਂ ਉੱਧਰ ਦੀ ਗੱਲ ਕਰ ਰਹੇ ਹਾਂ ਪਾਕਿਸਤਾਨ ਦੀ ਹਾਂ ਪਾਕਿਸਤਾਨ ਵਾਲੇ ਪਾਸੇ ਦੀ ਸਤਾਈਆਂ ਦੋ ਇੱਕ ਬੜੀ ਸਤਾਈ ਇੱਕ ਛੋਟੀ ਸਤਾਈ ਅੱਛਾ ਇੱਕ ਛੱਬੀ ਵੱਡੀ ਛੱਬੀ ਇੱਕ ਨਿੱਕੀ ਛੱਬੀ ਅੱਛਾ ਵੱਡੀ ਛੱਬੀ ਅਤੇ ਛੋਟੀ ਛੱਬੀ ਹਾਂਜੀ ਅੱਛਾ ਇਹ ਪਿੰਡ ਸਨ ਬੋੜੇਵਾਲ ਬੋੜੇਵਾਲ ਅਤੇ ਇਹ ਜੜ੍ਹਾਂ ਵਾਲਾ ਵੀ ਤੁਸੀਂ ਦੱਸਦੇ ਜੜ੍ਹਾਂ ਵਾਲਾ ਇੱਥੇ ਅਸੀਂ ਪਾਕਿਸਤਾਨ ਜਦੋਂ ਆਏ ਉਦੋਂ ਨਹੀਂ ਗੱਲ ਕਰਦੇ ਹਾਂ ਅੱਛਾ ਅੱਛਾ ਇੱਥੇ ਆਣ ਕੇ ਸਾਡਾ ਜਦੋਂ ਅਸੀਂ ਆਇਆ ਨਾ ਪਾਕਿਸਤਾਨ 'ਚੋਂ ਗੱਡੇ ਲੈ ਗਏ ਹਾਂ 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 ਜੜ੍ਹਾਂ ਵਾਲੇ ਜਿਹੜੇ ਆਏ ਅਤੇ ਉਹ ਨਹਿਰੇ ਹਾਂ ਵਾਲਾ ਹੈ ਟੁੱਟ 'ਚ ਜਿਹੜੇ ਤੁਹਾਡੇ ਪਿੰਡ ਸਨ ਜ਼ਿਲ੍ਹਾ ਲੈਲਪੁਰ ਹੀ ਪੈਂਦਾ ਸੀ ਜ਼ਿਲ੍ਹਾ ਲੈਲਪੁਰ ਅੱਛਾ ਤਹਿਸੀਲ ਵੀ ਲੈਲਪੁਰ ਜ਼ਿਲ੍ਹਾ ਵੀ ਲੈਲਪੁਰ ਸਾਡੇ ਪਿੰਡ ਨੂੰ ਵੱਜਦੀ ਸੀ ਨਾਰਾਲਾ ਬੰਗਲਾ ਕਰਕੇ ਵੱਜਦਾ ਸੀ ਨਾਰਾਲਾ ਬੰਗਲਾ ਉੱਥੇ ਆਣ ਕੇ ਅਸੀਂ ਜਦੋਂ ਲੈਲਪੁਰ ਆਉਂਦੇ ਹਾਂ ਹਾਂਜੀ ਉੱਥੇ ਆਣ ਕੇ ਅੱਡਾ ਸੀ ਨਰਵਾਲਾ ਅੱਛਾ ਨਰੋਵਾਲ ਨਰਵਾਲਾ ਬੰਗਲਾ ਨਰਵਾਲਾ ਬੰਗਲਾ ਨਹਿਰ ਜੁੱਤੇ ਸੀ ਉਹਨੇ ਨਾ ਬੰਗਲਾ ਰੱਖਿਆ ਸੀ ਉਹ ਆਣ ਕੇ ਜਦੋਂ ਲੈਲਪੁਰ ਆਉਂਦੇ ਹੈ ਨਾ ਟਾਂਗੇ ਟੂੰਗੇ ਉੱਥੇ ਆਣ ਕੇ ਖਲੋਂਦੇ ਸੀ ਉੱਥੋਂ ਮੁੜ ਕੇ ਅੱਛਾ ਲੋਕ ਟਾਂਗਿਆਂ 'ਤੇ ਸਫ਼ਰ ਕਰਦੇ ਸੀ ਟਾਂਗਿਆਂ ਨੂੰ ਟਾਂਗੇ ਬਹੁਤ ਹੁੰਦੇ ਸੀ ਅੱਛਾ ਅੱਛਾ ਹਰੇਕ ਕਿਸੇ ਟਾਂਗੇ ਵਾਲੇ ਦਾ ਨਾਂ ਯਾਦ ਹੈ ਹਾਂ ਕਿਹਦਾ ਜਾਗਰ ਸਿੰਘ ਹੀ ਟਾਂਗਿਆ ਉਹਨਾਂ ਦਾ ਜਾਗਰ ਸਿੰਘ ਟਾਂਗੇ ਮਹਿਰਾ ਸਿੰਘ ਅੱਛਾ ਅੱਛਾ ਟਾਂਗੇ ਵਾਲੇ ਵਾਹ ਜੀ ਅਤੇ ਫਿਰ ਚਲੋ ਬਾਪੂ ਜੀ ਹੁਣ ਆਪਾਂ ਗੱਲ ਕਰੀਏ ਕਿ ਜਦੋਂ ਉੱਥੋਂ ਉਜਾੜੇ ਪੈ ਗਏ ਮਤਲਬ ਸਾਰਾ ਭਰੇ ਭਕੁੰਨੇ ਘਰ ਜਿਹੜੇ ਨੇ ਵਸਦੇ ਰਸਦੇ ਘਰ ਜਿਹੜੇ ਨੇ ਸਾਰੇ ਪੰਜਾਬੀਆਂ ਨੂੰ
ਇੱਧਰੋਂ ਵੀ ਭਾਵੇਂ ਉਹ ਮੁਸਲਮਾਨ ਸਨ ਅਤੇ ਭਾਵੇਂ ਉਹ ਸਿੱਖ ਸਨ ਜਾਂ ਹਿੰਦੂ ਸਨ, ਅਸਲ ਵਿੱਚ ਲਹੂ ਲੁਹਾਨ ਸਾਡਾ ਪੰਜਾਬ ਹੋਇਆ, ਉਜੜਿਆ ਸਾਡਾ ਪੰਜਾਬ ਬਹੁਤ ਜ਼ਿਆਦਾ, ਅਤੇ ਕਿਸੇ ਦਾ ਕੁਝ ਨਹੀਂ ਗਿਆ, ਸਿਰਫ ਪੰਜਾਬ ਬਰਬਾਦ ਹੋਇਆ। ਉਹ ਗੱਲ ਕਰੀਏ ਆਪਾਂ ਕਿ ਤੁਸੀਂ ਜਦੋਂ ਉੱਥੋਂ ਚੱਲੇ ਹੋ, ਕਾਹਤੇ ਸਮਾਨ ਚੱਲਿਆ, ਕਿਸ ਗੱਡਿਆਂ 'ਤੇ ਚੱਲੇ? ਲੱਕੜ ਦੀ ਜੋੜੀ ਆ ਜੀ ਗੱਡੇ ਸੀ। ਅੱਛਾ। ਉਹਨਾਂ ਦੇ ਬਿਸਰੇ ਰੱਖੇ, ਤੂੜੀ ਰੱਖੀ ਵਿੱਚ ਡੰਗਰਾਂ ਲਈ। ਹਾਂਜੀ। ਹੋਰ ਮਿਸਤਰੀ ਦਾ ਕਿ ਪੰਡਿਤ ਦਾ ਬਿਸਰਾ ਉਹ ਆ ਗਏ। ਹਾਂ। ਅੱਛਾ, ਇੱਕ ਸਾਥ ਮੈਂ ਥੋੜ੍ਹਾ ਜਿਹਾ ਭੁੱਲ ਗਿਆ, ਸੋਰੀ, ਮਾਫ ਕਰਨਾ, ਕਿ ਇੱਕ ਭਲਾ ਖੂਹਾਂ ਦੇ ਨਾਮ ਯਾਦ ਨੇ ਤੁਹਾਨੂੰ ਕੋਈ ਉੱਥੇ ਜਿਹੜੇ ਖੂਹ ਹੁੰਦੇ ਸਨ, ਜਿਵੇਂ ਆਪਾਂ ਕਹਿੰਦੇ ਵੀ ਆਹ ਬੇਰੀ ਵਾਲਾ ਅਵਰੇ ਵਾਲਾ ਖੂਹ ਹੋਗਾ? ਖੂਹ ਜਿਹੜੀ ਇੱਦਾਂ ਸੀ ਸਾਡੇ ਪਿੰਡ 'ਚ, ਖੂਹ ਵੱਡਾ ਇੱਕ ਵੱਜਾ ਸੀ, ਉਹਦਾ ਨਾਮ ਵੱਡਾ ਖੂਹ ਚੌਂਕ ਵੱਜਦਾ ਨਾ, ਵੱਡਾ ਖੂਹ, ਵੱਡਾ ਖੂਹ। ਗੁਰਦੁਆਰੇ ਵੀ ਹੈਗੇ ਛੋਟੇ ਲੱਗੇ ਸੀ, ਪਰ ਉਹ ਪਹਿਲਾਂ ਵੱਡਾ ਖੂਹ ਜਾ ਕੇ। ਅੱਛਾ ਅੱਛਾ। ਨੇ ਬਣਾਇਆ ਹੋਰ ਜਿਹੜਾ ਆਲੇ ਦੁਆਲੇ ਆਪਣੇ ਪੈਲੀਆਂ ਦੇ ਵਿੱਚ ਖੂਹ ਸਨ ਜਿਹੜੇ? ਨਾ, ਪਿੰਡ ਦੇ ਵਿੱਚ ਸੀ। ਪਿੰਡ ਦੇ ਵਿੱਚ ਸੀ, ਪੈਲੀਆਂ 'ਚ ਨਹੀਂ ਕੋਈ ਵੀ। ਅੱਛਾ, ਚਲੋ ਹੁਣ ਆਪਾਂ ਉੱਥੋਂ ਚੱਲ ਪਏ ਤੁਸੀਂ ਗੱਡਿਆਂ ਦੇ ਉੱਪਰ। ਹਾਂਜੀ। ਅਤੇ ਰਸਤੇ ਵਿੱਚ ਫਿਰ ਕਿੰਨੇ ਕੁ ਲੋਕ ਸਨ ਤੁਹਾਡੇ ਨਾਲ? ਸਾਡੇ ਜੀ ਪਿੰਡ ਹੋਣਗੇ ਘੱਟ ਤੋਂ ਘੱਟ 6 ਪਿੰਡ ਸੀ। 6 ਪਿੰਡ ਕਿਹੜੇ ਕਿਹੜੇ? ਇਹ ਸਾਡਾ ਪਿੰਡ ਸੀ ਕਿਆਲਾ। ਹਾਂਜੀ। ਕਿਆਲੇ ਅਸੀਂ ਬੈਠੇ ਹਾਂ। ਹਾਂਜੀ। ਮੁੰਡਾ ਪਿੰਡ ਜੀ, ਬਾਠ, ਬਾਠ ਪਿੰਡ, ਸਠਿਆਲਾ, ਸਠਿਆਲਾ, ਅਤੇ ਬੋੜੇਵਾਲ ਜੀ, ਬੋੜੇਵਾਲ, ਇਹ ਪਿੰਡ ਬੈਠੇ ਸੀ ਇੱਥੇ। ਇਹ ਪਿੰਡਾਂ ਦੇ ਜਿਹੜੇ ਸਿੱਖ ਪਰਿਵਾਰ ਸਨ ਜਾਂ ਹਿੰਦੂ ਸਨ? ਹਿੰਦੂ ਵੀ ਹੋਣਗੇ ਨਾਲ? ਨਹੀਂ, ਹਿੰਦੂ ਸਾਡੇ ਉੱਥੇ ਘੱਟ ਸੀ। ਘੱਟ ਸੀ, ਹਿੰਦੂ ਘੱਟ ਸਨ, ਜ਼ਿਆਦਾਤਰ ਸਿੱਖ ਆਬਾਦੀ ਸੀ। ਸਿੱਖ ਆਬਾਦੀ ਸੀ ਅਤੇ ਜਾਂ ਛੋਟੀ ਬਰਾਦਰੀ ਸੀ। ਹਾਂ ਹਾਂ, ਉਹ ਸਿੱਖਾਂ ਦੇ ਵਿੱਚ ਆ ਗਏ, ਮੁਸਲਮਾਨ ਜਿਹੜੇ ਨਾ ਉੱਧਰ ਰਹਿ ਗਏ। ਅੱਛਾ, ਜਦੋਂ ਤੁਸੀਂ ਆਏ ਫਿਰ ਕੈਂਪ ਵਿੱਚ ਆਏ, ਕੈਂਪ ਤੁਹਾਡਾ ਕਿੱਥੇ ਲੱਗਿਆ? ਕੈਂਪ ਅਸੀਂ 2 ਮਹੀਨੇ ਬੈਠੇ ਨੇ ਕਿਆਲੇ 'ਚ। ਉੱਥੋਂ ਜਦੋਂ ਤੁਸੀਂ ਉੱਠ ਕੇ ਆਏ ਪਿੰਡੋਂ, ਪਿੰਡ ਛੱਡ ਕੇ, ਉੱਥੋਂ ਤਾਂ ਵੈਸੇ ਹੀ ਆਏ, ਇਕੱਲੇ ਉੱਠ ਕੇ ਆਏ, ਮਿਲਟਰੀ ਤੁਹਾਨੂੰ ਕਿੱਥੇ ਮਿਲੀ? ਜਿਹੜੇ ਪਿੰਡ ਸਠਿਆਲਾ ਸੁਠਿਆ ਤੁਹਾਨੂੰ ਦੱਸਦਾ ਨਾ, ਅਸੀਂ 8 ਪਿੰਡ ਆਣ ਕੇ ਬੈਠੇ ਨੇ ਇੱਕ ਵੱਡੇ ਕਿਆਲੇ 'ਚ। ਵੱਡੇ ਕਿਆਲੇ 'ਚ 2 ਮਹੀਨੇ ਬੈਠੇ ਨੇ। ਇਹ ਵੱਡਾ ਕਿਆਲਾ ਉੱਥੇ ਲਾਗੇ ਸੀ? ਉਹ ਨਾਲ ਹੀ 4 ਕੁ ਮਰੱਬੇ ਹਟਵਾ ਸੀ। ਅੱਛਾ, 4 ਕੁ ਸੂਏ ਦੀ ਵਿੱਚ ਹੱਦ ਸੀ। ਅੱਛਾ। ਅਤੇ ਉੱਥੇ ਅਸੀਂ ਬੈਠੇ ਰਹੇ ਹਾਂ 2 ਮਹੀਨੇ। ਉੱਥੇ ਤਿਆਰ ਹੋਏ, ਫਿਰ ਆ ਗਿਆ ਸੁਣਾ। ਅੱਛਾ, ਤਿਆਰ ਹੋ ਜਾਓ, ਮਿਲਟਰੀ ਸਾਨੂੰ ਦੱਸ ਕੇ ਗਈ। ਅਤੇ ਜਦੋਂ ਤਿਆਰ ਹੋਏ, ਸ਼ਾਮ ਨੂੰ ਫਿਰ ਮਿਲਟਰੀ ਆ ਗਈ। ਜਿਹੜੇ ਮਿਲਟਰੀ ਆਈ ਤੇ ਪਹਿਰਾ ਲੱਗਾ ਸੀ। ਅੱਛਾ ਜੀ। ਉਹ ਆਣ ਕੇ ਆਖਣ ਵੀ ਤੁਹਾਡਾ ਆਗੂ ਕਿਹੜਾ? ਹਾਂਜੀ। ਅਤੇ ਲੋਕ ਦੱਸਣ ਨਾ ਵੀ ਕੀ ਪਤਾ ਕਿ ਸਾਡੇ ਆਗੂ ਮਾਰਨਾ ਦੇਣਾ। ਹਾਂ, ਮਾਰਨਾ ਦੇਣ, ਠੀਕ। ਫਿਰ ਆਖਣਗੇ ਵੀ ਅਸੀਂ ਸੁਣਾ ਦੇਣਾ ਰੁਕਾ ਜੀ, ਬੱਲੋ ਵਾਲਾ ਹੈ ਟੁੱਟ ਗਿਆ। ਅੱਛਾ। ਤੁਹਾਡੀ ਤਿਆਰੀ ਸੀ ਅਤੇ ਬੱਲੋ ਵਾਲਾ ਹੈ ਟੁੱਟਣ ਕਰਕੇ ਤੁਸੀਂ ਫਿਰ ਰੁਕ ਗਿਆ ਜੀ। ਅੱਛਾ। ਇਹ ਬੱਲੋ ਵਾਲਾ ਹੈ ਟੁੱਟ ਗਿਆ ਸਾਨੂੰ। ਇਹ ਬੱਲੋ ਵਾਲਾ ਹੈਡ ਕਿੰਨੇ ਕੁ ਦੂਰ ਸੀ ਉੱਥੋਂ? ਇਹ ਜਿਹੜੀ ਇੱਧਰ ਉਹਨੇ ਪਾਕਿਸਤਾਨੀ ਹੁਣ ਅਸੀਂ ਕਿਹੜਾ ਵੀ। ਅੱਛਾ ਅੱਛਾ, ਤੁਹਾਨੂੰ ਦੇਖ ਬੱਲੋ ਵਾਲਾ ਹੈਡ ਬਣਿਆ ਨੇ, ਫਿਰ ਅਸੀਂ ਉੱਥੋਂ ਚੱਲੇ ਹਾਂ। ਅੱਛਾ, ਇੱਕ ਇਹਦੇ ਨਾਲ ਹੋਰ ਗੱਲ, ਤੁਸੀਂ ਉੱਥੋਂ ਕਦੇ ਨਨਕਾਣਾ ਸਾਹਿਬ ਜਾਂ ਕਰਤਾਰਪੁਰ ਸਾਹਿਬ ਜਾਂ ਲਾਹੌਰ ਕਿਤੇ ਗਏ ਸੀ ਜਦੋਂ? ਨਹੀਂ ਜੀ, ਮੈਂ ਉਰੇ ਬੱਚਾ ਹੀ ਸਾਂ। 14-15 ਸਾਲ ਦੀ ਉਮਰ 'ਚ ਕਦੇ ਗਏ ਨਹੀਂ ਸੀ? ਨਾ, ਕਿਤੇ ਨਹੀਂ। ਅੱਛਾ ਅੱਛਾ, ਉੱਥੋਂ ਫਿਰ ਰਸਤੇ ਦਾ ਕੀ ਮੰਜ਼ਰ ਵੇਖਿਆ? ਮੰਜ਼ਰ ਜੀ ਇੱਦਾਂ ਸੀ, ਪੈਦਲ ਤੁਰੇ ਹਾਂ ਅਤੇ ਇਹ ਨਹੀਂ ਪਤਾ ਵੀ ਕਿੰਨੇ ਕੋਹ ਕਰਦੇ, ਜਦੋਂ ਕਾਫਲਾ ਜਿੱਥੇ ਅੱਗੇ ਲੱਗਿਆ ਹੁੰਦਾ ਉੱਥੇ ਲਿਆ ਕੇ ਉਹਨਾਂ ਸਾਨੂੰ ਫਿੱਕ ਲਿਆ ਦੇਣਾ ਜੀ, ਸਕਾਲਾਂ ਨੂੰ ਖਲੋ ਜਾਣਾ ਅਤੇ ਰਾਤ ਅੱਧੀ ਰਾਤ ਅਸੀਂ ਚੱਲਦੇ ਰਹਿੰਦੇ ਗੱਡੇ ਦਿਨ। ਕੋਈ ਰੋਟੀ ਪਾਣੀ ਮਿਲ ਜਾਂਦਾ ਸੀ? ਰੋਟੀ ਪਾਣੀ ਆਪਣਾ ਜੀ ਤਿਆਰ ਕਰੀਦਾ ਸੀ। ਅੱਛਾ। ਗੱਡਿਆਂ ਦੇ ਉੱਤੇ ਜੋ ਰੱਖਿਆ ਅਤੇ ਰਸਤੇ ਦੇ ਵਿੱਚ ਕੋਈ ਹਮਲੇ ਹੁਮਲੇ ਉੱਧਰੋਂ ਉੱਧਰ ਹੀ ਕਰਦੇ ਹੋਣੇ? ਸਾਨੂੰ ਮਿਲਟਰੀ ਮਿਲੀ ਸੀ। ਹਾਂ, ਫੌਜ। ਅੱਛਾ, ਉਹਦੇ ਜ਼ਰੀਏ ਅਸੀਂ ਆਏ ਹਾਂ। ਅੱਛਾ, ਫੌਜ ਤੁਹਾਡੀ ਰਖਵਾਲੀ ਕਰਦੀ ਰਹੀ, ਮਤਲਬ ਤੁਹਾਡੀ ਪਹਿਰੇਦਾਰੀ ਕਰਕੇ ਲੈ ਕੇ ਆਈ? ਅੱਛਾ ਅੱਛਾ, ਇੱਕ ਤੁਸੀਂ ਹੋਰ ਗੱਲ ਦੱਸ ਰਹੇ ਸੀ ਕਿ ਉਹ ਜਿਹੜੇ ਕੇਸਰੀ ਪੱਗਾਂ ਵਾਲੇ ਜਿਹੜੇ ਲੋਕ ਆਏ ਜਿਨ੍ਹਾਂ ਨੇ ਮਿਲਟਰੀ ਦੇ ਰੂਪ ਵਿੱਚ, ਅਤੇ ਉਹਨਾਂ ਨੇ ਪਿੰਡ ਲੁੱਟ ਲਿਆ ਸੀ, ਉਹ ਕਿਵੇਂ ਸੀ ਗੱਲ? ਉਹਦੀ ਇੱਦਾਂ ਹੋਈ, ਕੈਂਪ ਬੈਠਾ ਸੀ। ਅੱਛਾ, ਕਿੱਥੇ? ਉੱਥੇ ਕਿਆਲੇ ਜੀ, ਕਿਆਲੇ ਵਿੱਚ ਕੈਂਪ ਬੈਠਾ ਸੀ ਅਤੇ ਗੱਡੀਆਂ ਆਈਆਂ। ਹਾਂਜੀ। ਸਾਡੇ ਪਤਾ ਵੀ ਮਿਲਟਰੀ ਆ ਗਈ, ਸਾਡੀ ਤਿਆਰੀ ਹੋ ਗਈ। ਅੱਛਾ, ਉਹ ਗੱਡੀਆਂ ਮਿਲਟਰੀ ਕਿਹੜੇ ਦੀਆਂ ਸੀ? ਮੁਸਲਮਾਨਾਂ ਦੀਆਂ। ਮੁਸਲਮਾਨਾਂ ਦੀ ਮਿਲਟਰੀ ਦੀਆਂ ਸੀ? ਉਹਨਾਂ ਖੱਟੇ ਪਟਕੇ ਬੱਧੇ ਸੀ, ਪੱਗਾਂ ਬੱਧੀਆਂ ਖੱਟੀਆਂ। ਅੱਛਾ। ਸਿੱਖਾਂ ਨੂੰ ਪਤਾ ਲੱਗ ਜਾਵੇ ਵੀ ਸਿੱਖਾਂ ਦੀ ਮਿਲਟਰੀ ਆ ਗਈ। ਅੱਛਾ, ਉਹਨਾਂ ਨੇ ਜਾਣੀ ਸਿੱਖਾਂ ਵਾਲਾ ਭੇਸ ਬਣਾ ਲਿਆ। ਭੇਸ ਬਣਾ। ਅੱਛਾ। ਉਤਰਿਆਂ ਸਾਰੇ ਲਾਪੇ ਪਿੰਡ ਦਾ ਦੁਆਲਾ ਘੇਰ ਲਿਆ ਨਾ। ਹਾਂਜੀ। ਅਤੇ ਗੱਡਿਆਂ 'ਤੇ ਚੜ੍ਹ ਗਏ। ਹਾਂਜੀ। ਫੈਲ ਕਰੀ ਗਏ। ਅੱਛਾ। ਦਹਿਸ਼ਤ ਪਾਤਾ ਵੀ ਜਿਹੜਾ ਬੁਰੇ ਚਾਲੇ ਨਾ। ਹਾਂਜੀ। ਫਿਰ ਉਹਨਾਂ ਨੇ ਗੱਡਿਆਂ ਤੋਂ ਤਲਾਸ਼ੀਆਂ ਕੀਤੀਆਂ। ਅੱਛਾ। ਜੋ ਗੱਡਿਆਂ ਦੀ ਜੋ ਕੁਝ ਹੈਗਾ ਸੀ। ਹਾਂਜੀ।
ਫਿਰ 40 ਰੁਪਈਏ 2 ਰੁਪਈਏ ਬਣ ਬਣ ਪੰਡਾਂ ਉਹਨਾਂ ਖੜੀਆਂ। ਹਾਂਜੀ ਸੋਨਾ ਵੀ ਹੈਗਾ ਆ, ਸੋਨਾ ਤੈਨੂੰ ਦੱਸਿਆ ਵੀ ਜੋ ਕੋਈ ਗੱਡੇ ਜੀ ਹਾਂਜੀ ਉਹ ਵੀ ਲੈ ਗਿਆ ਲੁੱਟ ਲੱਟ ਕੇ। ਅੱਛਾ ਉਦੋਂ ਜਿਹੜਾ ਜਿਹੜਾ ਪੈਸੇ ਸਨ ਉਦੋਂ ਕਰੰਸੀ ਮਤਲਬ ਜਿਹੜੀ ਕਿਹੜੀ ਚੱਲਦੀ ਸੀ? ਧੇਲੇ ਚੱਲਦੇ ਸਨ, ਧੇਲੇ 40 ਰੁਪਈਏ ਜੀ, 40 ਰੁਪਈਏ। ਹੋਰ ਛੋਟੀ ਤੋਂ ਛੋਟੀ ਪੈਸੇ ਕੀ ਚੱਲਦੇ ਸੀ? ਛੋਟੇ ਮੋਰੀ ਆਪਣੇ ਪੈਸੇ ਹੁੰਦੇ ਸੀ, ਮੋਰੀ ਵਾਲਾ, ਮੋਰੀ ਵਾਲੇ ਘੱਟ ਸੀ, ਤਾਂਬੇ ਦੇ ਪੈਸੇ ਹੁੰਦੇ ਸੀ। ਮੋਰੀ ਵਾਲਾ ਪੈਸਾ ਹੁੰਦਾ ਸੀ ਨਾ, ਤਾਂ ਮੋਰੀ ਵਾਲਾ ਛੋਟਾ ਸੀ, ਪਹਿਲਾਂ ਤਾਂਬੇ ਦੇ ਪੈਸੇ ਹੁੰਦੇ ਵੱਡੇ, ਤਾਂਬੇ ਦਾ ਪੈਸਾ। ਆਨੇ, ਆਨੇ ਹੁੰਦੇ ਸੀ ਪਿੱਤਲ ਦੇ। ਅੱਛਾ, ਆਨੇ ਵੀ ਹੁੰਦੇ ਸੀ, ਦਵਾਨੀਆਂ ਪਿੱਤਲ ਦੀਆਂ, ਦਵਾਨੀਆਂ ਆਨੀਆਂ, ਦਵਾਨੀਆਂ ਚਵਾਨੀਆਂ, ਦਵਾਨੀਆਂ ਪਿੱਤਲ ਦੀਆਂ ਹੁੰਦੀਆਂ ਸੀ। ਅੱਛਾ, ਅਤੇ ਉਹ ਆਪਣਾ ਪੈਸਾ ਜਿਹੜਾ ਪਾਈ, ਪਾਈ ਵੀ ਹੁੰਦੀ ਸੀ ਇੱਕ ਨਾ, ਪਾਈ, ਪਾਈ ਪੂਈ ਨਹੀਂ ਜਿਹੀ ਵੇਖੀ ਨਾਮ ਹੈ ਆਪਾਂ ਨੂੰ ਪਤਾ, ਜਿਹੜੇ 40 ਰੁਪਈਏ ਸੀ ਉਹ ਨੌ ਦੇ ਖਿੜਕਾਉਂਦੇ ਹੁੰਦੇ ਸੀ। ਢੇਲੀ, ਢੇਲੀ ਜਿਹਨੂੰ ਆਪਾਂ ਕਹਿੰਦੇ ਸੀ, ਢੇਲੀਆਂ ਵੀ ਖਿਆਲ ਨਹੀਂ ਹੁਣ ਉਦੋਂ ਹੋਣਗੀਆਂ, ਪਰ ਆਪਾਂ ਨੂੰ ਖਿਆਲ ਨਹੀਂ। ਅੱਛਾ ਅੱਛਾ, ਰੁਪਈਏ ਚਾਂਦੀ ਜਿਹੜੇ ਨੌ ਦੇ ਐਂ ਖਿੜਕਾਉਂਦੇ ਆ, ਟਨ ਟਨ ਕਰਦੇ। ਅੱਛਾ ਚਲੋ। ਅੱਛਾ, ਜਦੋਂ ਤੁਸੀਂ ਫਿਰ ਉੱਥੋਂ ਆ ਗਏ, ਹਾਂਜੀ, ਉਹ ਕੈਂਪ ਦੇ ਵਿੱਚ ਤੁਸੀਂ ਆ ਗਏ, ਰਸਤੇ ਦੇ ਵਿੱਚ ਜਦੋਂ ਤੁਸੀਂ ਤੁਰੇ ਆਉਂਦੇ ਸਾਂ, ਅਤੇ ਉਦੋਂ ਤੁਸੀਂ ਦੱਸਦੇ ਸੀ ਵੀ ਉਹ ਇੱਕ ਤੁਸੀਂ ਸੁਣਿਆ ਉਹਦੇ ਵਿੱਚ ਸੂਏ ਦੇ ਵਿੱਚ ਇੱਕ ਬੜੀਆਂ ਲਾਸਾਂ ਆ ਰਹੀਆਂ ਸਨ, ਬੜੀਆਂ ਅਸੀਂ ਉੱਥੇ ਬੈਠੇ ਸਨ ਘਿਆਲੇ, ਅਸੀਂ ਬੈਠੇ ਕੈਂਪ ਬੈਠਿਆ ਸੀ, ਡੰਗਰ ਚਾਰਦੇ ਸਨ। ਹਾਂ, ਅਤੇ ਡੰਗਰ ਚਾਰਦੇ ਚਾਰਦਿਆਂ ਡੰਗਰ ਦੇ ਵੇਖਿਆ ਸੀ ਉੱਥੇ ਨਹਿਰ ਦੇ ਵਿੱਚ ਆਉਂਦੇ ਸੀ। ਅੱਛਾ, ਕੈਂਪ ਸਾਡਾ ਬੈਠਾ ਸੀ। ਹੋਏ ਹੋਏ ਹੋਏ, ਤੁਹਾਡੇ ਅੰਦਾਜ਼ੇ ਦੇ ਨਾਲ ਕਿੰਨੇ ਕੁ ਲੋਕ ਮਰੇ ਹੋਣਗੇ? ਕਿੰਨੇ ਉਹਦੇ ਜੀ ਜਿਹੜੇ ਆਹਾਂ ਵੇਖਿਆ ਸੀ, ਤਾਂ ਮੇਰਾ ਖਿਆਲ ਆ ਵੀ ਘੱਟ ਤੋਂ ਘੱਟ 30-35 ਜ਼ਿਆਦੀਆਂ ਲੋਥਾਂ ਕੱਢੀਆਂ ਹੋਣੀਆਂ, ਵੇਖੀਆਂ ਕੱਢ ਕੱਢ ਕੇ ਫਿਰ ਵਿੱਚ ਸੁੱਟ ਦਿੰਦੇ ਹਾਂ। ਅੱਛਾ, ਅਤੇ ਕੱਢਦੇ ਕਿਉਂ ਸੀ? ਕੱਢਦੇ ਫਿਰ ਵੀ ਕੀ ਇਹਨਾਂ ਨੂੰ ਕਿਉਂ ਮਾਰਿਆ ਇਹ? ਅੱਛਾ, ਵੇਖਣ ਵਾਸਤੇ, ਵੇਖਣ ਵਾਸਤੇ ਜਿਹੜੇ ਮਾਰਿਆ ਕਿਉਂ ਆ, ਅਤੇ ਕਿਉਂ ਇਹਨਾਂ ਨੂੰ ਕੀ ਹੋਇਆ? ਅੱਛਾ, ਜਿਹੜੇ ਇੱਧਰੋਂ ਜਦੋਂ ਤੁਸੀਂ ਆ ਰਹੇ ਸੀ ਅਤੇ ਇੱਧਰੋਂ ਫਿਰ ਚੜ੍ਹਦੇ ਵਾਲੇ ਪਾਸੇ ਤੋਂ ਇੱਧਰੋਂ ਇੱਧਰਲੇ ਬੰਨਿਓ ਆਪਣੇ ਜਿੱਧਰ ਆਪਾਂ ਹੁਣ ਵੱਸਦੇ ਹਾਂ, ਇੱਧਰਲੇ ਬੰਨਿਓ ਮੁਸਲਮਾਨ ਵੀ ਜਾਂਦੇ ਹੋਣਗੇ ਅਤੇ ਉਹ ਤੁਹਾਨੂੰ ਮਿਲਦੇ ਹੋਣੇ ਰਸਤੇ? ਸਾਡੇ ਪਿੰਡ 'ਚ ਜਾਂ ਸਾਡੇ ਬੈਠਿਆ, ਸਾਡੇ ਪਿੰਡ 'ਚ ਆਏ ਨਾਗਸੂ ਜਾਂ ਅੰਮ੍ਰਿਤਸਰ 'ਚ। ਅੱਛਾ, ਮਜੀਠੇ ਰੋਡ 'ਤੇ ਆ। ਅੱਛਾ, ਉੱਥੋਂ ਦੇ ਮੁਸਲਮਾਨ ਸਾਡੇ ਪਿੰਡ ਜਾ ਕੇ ਬੈਠੇ ਸੀ। ਹਾਂਜੀ, ਕਹਿੰਦੇ ਹੋਣੇ ਸਾਨੂੰ, ਹਾਂ ਸਾਡੇ ਪਿੰਡ ਚਲੇ ਜਾਓ ਤੁਸੀਂ, ਹਾਂ ਜ਼ਮੀਨਾਂ ਵਧੀਆ। ਮੈਂ ਗੌਰਿਆ ਅੰਗਰੇਜ਼ ਨੇ ਕਿੱਥੇ ਜ਼ਮੀਨ ਆਪਣੇ ਲਾਡ ਹੋਣੀਆਂ ਕਿਸੇ? ਸਹੀ ਗੱਲ ਹੈ, ਇਹਦੇ ਲਾਡ ਦੇ ਮਿਹਨਤ ਜਿੱਥੇ ਹੋ ਗਈ। ਓਹੋ, ਬਹੁਤ ਵੱਡਾ ਬਾਪੂ ਜੀ। ਹੁਣ ਆਪਾਂ ਉਸ ਤੋਂ ਬਾਅਦ ਫਿਰ ਤੁਸੀਂ ਉੱਥੋਂ ਜਦੋਂ ਆ ਗਏ ਇੱਧਰ ਪੰਜਾਬ ਵਿੱਚ ਕਿੱਥੇ ਆ ਕੇ ਵਸੇ? ਪੰਜਾਬ ਜੀ ਰਾਜਾ ਸਾਹਿਬ ਜੀ ਪਿੰਡ ਲੱਗ ਗਿਆ ਰਡਾਲਾ। ਅੱਛਾ, ਮੁਸਲਮਾਨਾਂ ਦਾ ਇੱਧਰਲੇ ਪੰਜਾਬ ਵਿੱਚ ਜਿਹੜਾ ਹੈ, ਪੰਜਾਬ ਵਿੱਚ ਵੰਡਿਆ ਗਿਆ ਨਾ ਪੰਜਾਬ, ਇੱਕ ਪਾਕਿਸਤਾਨ ਵਾਲੇ ਪਾਸੇ ਵਾਲਾ ਪੰਜਾਬ ਹੋ ਗਿਆ, ਲੀਕ ਕੱਢ ਦਿੱਤੀ, ਇੱਕ ਇੱਧਰਲੇ ਬੰਨੇ ਵਾਲਾ ਪੰਜਾਬ ਹੋ ਗਿਆ। ਇੱਧਰਲੇ ਪੰਜਾਬ ਵਿੱਚ ਚੜ੍ਹਦੇ ਵਾਲੇ ਪਾਸੇ ਫਿਰ ਤੁਸੀਂ ਕਿੱਥੇ, ਰਾਜਸਥਾਨ ਸੀ ਵਸੇ? ਨਹੀਂ ਜੀ, ਪਿਛਲੇ ਪਿੰਡ ਰਹੇ 5 ਕਲਿਆਣਾ। 5 ਕਲਿਆਣੀ, ਕਲਿਆਣੇ ਖਿਆਲੇ ਜੋ 5-6 ਦਿਨ ਰਹੇ ਹਾਂ। ਇਹ ਕਿੱਥੇ ਜੇ ਪੈਂਦਾ? ਇਹ ਉਹ ਰਾਮ ਤੀਰਥ ਵਾਲਾ ਜਿਹੜਾ ਪਿਛਲਾ ਪਿੰਡ ਸਰ ਬਟਾਰੀਆਂ ਦਾ। ਅੱਛਾ, ਉਸ ਵਾਪਸ ਉਸੇ ਪਿੰਡ ਆ ਗਏ? ਉਸੇ ਵਾਪਸ ਆ ਗਏ। ਉੱਥੇ ਪੈਲੀ ਹੈਗੀ ਸੀ ਤੁਹਾਡੀ? ਫਿਰ ਪੈਲੀ ਆਈ ਸੀ ਥੋੜ੍ਹੀ ਥੋੜ੍ਹੀ, ਬਹਿ ਗਏ ਆਣ ਕੇ ਵੀ ਵੇਖੀ ਜੂ ਜਿੰਨਾ ਹੋ ਗਈ। ਅੱਛਾ, ਉੱਥੋਂ ਫਿਰ ਬੈਠੇ ਰਹੇ 5-6 ਦਿਨ। ਹਾਂ, ਫਿਰ ਪਤਾ ਲੱਗਿਆ ਵੀ ਜ਼ਮੀਨ ਰਦਾਲੇ ਵਿੱਚ ਲਾਟ ਹੁੰਦੀ ਆ। ਰਦਾਲਾ, ਰਦਾਲਾ ਪਿੰਡ ਆ। ਇਹ ਕਿੱਥੇ ਜੇ ਪੈਂਦਾ? ਇਹ ਰਾਜਸਥਾਨ ਦੇ ਨਾਲ ਆ। ਰਾਜਸਥਾਨ ਸੀ ਦੇ ਨਾਲ? ਅੱਛਾ, ਬਾਈ ਅੱਡਾ। ਹਾਂਜੀ, ਬਾਈ ਅੱਡੇ ਨਾਲ ਬਿਲਕੁਲ। ਅੱਛਾ, ਫਿਰ ਉੱਥੇ ਅਸੀਂ ਬੈਠੇ, ਉੱਥੇ ਕਮਾਦ ਬੜਾ ਸੀ ਜੀ, ਉੱਥੇ ਪਰਚੀ ਸੀ 30 ਦੇ ਗੰਨੇ ਕਮਾ ਜ਼ਮੀਨ। ਹਾਂਜੀ, ਬਹਿ ਗਈ 250 ਪਰਚੀ। ਅੱਛਾ, ਫਿਰ ਗੰਨਿਆਂ ਦੇ ਲਾਲਚ ਨੇ ਬੜ ਬੜ ਗੰਨੇ ਪਾਉਂਦੇ ਨੇ, 3 ਸਾਲ ਫਿਰ ਬੈਠੇ ਨੇ ਉੱਥੇ। ਅੱਛਾ, ਉੱਥੇ ਲੋਕਾਂ ਨੇ ਉਦੋਂ ਕੋਈ ਸਾਧਨ ਨਹੀਂ, ਕੋਈ ਸ਼ਰਾਬ ਕੱਢੇ, ਕੋਈ ਕੁਛ ਕਰੇ ਵਿੱਚ। ਉਦੋਂ ਫਸਲਾਂ ਜ਼ਿਆਦਾਤਰ ਕਿਹੜੀਆਂ ਹੁੰਦੀਆਂ ਸੀ? ਫਸਲ ਜੀ ਉਦੋਂ ਗੰਨਾ ਸੀ, ਕਮਾਦ ਸੀ ਮੁਸਲਮਾਨਾਂ ਨੇ ਬੀਜੇ ਜਿਹੜੇ। ਨਹੀਂ ਨਹੀਂ, ਉੱਦਾਂ ਫਸਲਾਂ ਤੁਹਾਡੇ ਵੇਲਿਆਂ ਦੇ ਵਿੱਚ ਜਿਹੜੀਆਂ ਫਸਲਾਂ ਸੀ ਪਾਕਿਸਤਾਨ 'ਚ? ਹਾਂ ਹਾਂ, ਨਰਮਾ, ਨਰਮਾ ਹੁੰਦਾ ਸੀ ਉੱਥੇ ਬਹੁਤ, ਨਰਮਾ ਪਾਕਿਸਤਾਨ 'ਚ ਮਸ਼ਹੂਰ ਸੀ ਨਰਮਾ। ਅੱਛਾ, ਅਤੇ ਹੋਰ ਝੋਨਾ? ਝੋਨਾ ਨਹੀਂ ਲਾਉਂਦੇ ਲੋਕ, ਕਣਕ ਲਾਉਂਦੇ ਸੀ ਜੀ। ਉੱਧਰ ਬੀਜਦੇ 6 ਮਹੀਨੇ ਅਤੇ ਕਣਕ, ਕਣਕ ਤਾਂ ਵਧੀਆ ਹੁੰਦੀ, ਕਣਕ ਅਤੇ ਛੋਲੇ, ਛੋਲੇ ਵੀ ਬੀਜਦੇ ਸੀ, ਸਰੋਂ, ਤਾਰਾਮੀਰਾ। ਬਾਪੂ ਜੀ, ਮੈਂ ਪੁਰਾਣੀਆਂ ਜਿਹੜੀਆਂ ਫਸਲਾਂ ਨੇ ਨਾ ਜਿਹੜੀਆਂ, ਉਹ ਮੈਂ ਪਿੱਛੇ ਮੈਂ ਪੜ੍ਹਿਆ ਵੀ, ਅਤੇ ਇੱਕ ਥਾਂ ਮੈਂ ਉਹ ਥੋੜ੍ਹਾ ਜਿਹਾ ਲਿਖਿਆ ਵੀ ਸੀ ਉਹਦੇ ਵਿੱਚ, ਕਿ ਜਿਵੇਂ ਮੱਡਲ ਹੁੰਦੇ ਸੀ, ਮੱਡਲ ਅਤੇ ਜਾਂ ਆਪਣਾ ਚੀਣਾ ਜਾਂ ਵਟਕੰਗਣਾ ਜਾਂ ਕੌੜੀ, ਇਹ ਫਸਲਾਂ ਤਾਂ ਨਹੀਂ ਤੁਹਾਡੇ ਵੇਲੇ ਹੁੰਦੀਆਂ? ਸਾਡੇ ਬੀਜ ਸੀ ਨਰਮਾ ਅਤੇ ਕਣਕ। ਅੱਛਾ, ਕਮਾਦ ਵੀ ਲੋਕ ਆਪਣੇ ਖਾਣ ਪੀਣ ਯੋਗਾ ਥੋੜ੍ਹਾ ਬੀਜ ਦੇ, 2-4 ਕਿਨਾਲ। ਚਲੋ,
ਮਕਈ ਵੀ ਇੱਦਾਂ ਹੀ ਬੀਜਣੀ ਥੋੜ੍ਹੀ ਥੋੜ੍ਹੀ ਜੀ ਜੀ। ਹੁਣ ਫਿਰ ਤੁਸੀਂ ਉੱਥੋਂ ਰਾਮ ਤੀਰਥ ਦੇ ਲਾਗੇ ਜਦੋਂ ਤੁਹਾਨੂੰ ਰਾਜਾ ਸਾਂਸੀ ਦੇ ਲਾਗੇ ਕਰਿਆਲਾ ਕਿਹੜਾ ਪਿੰਡ ਰਜਾਲਾ ਰਦਾਲਾ ਤੁਸੀਂ ਆ ਗਏ ਅਤੇ ਉਸ ਤੋਂ ਉੱਥੇ ਹੀ ਵੱਸ ਗਏ ਕਿ ਜਾਂ ਉਸ ਤੋਂ ਬਾਅਦ ਫਿਰ ਹੋਰ ਵੀ ਕਿਤੇ ਆਏ ਅੱਗੇ? ਰਦਾਲਿਓ ਅਸੀਂ ਜੀ ਬੈਠੇ ਰਹੇ ਹਾਂ 2 ਸਾਲ। ਅੱਛਾ। ਫਿਰ ਸਾਨੂੰ ਜ਼ਮੀਨ ਲਾਟ ਹੋ ਗਈ ਆਪਣੇ ਸਕਰਾਲਾ ਪਿੰਡ ਆ। ਸਕਰਾਲਾ ਪਿੰਡ ਇਹ ਕਿੱਥੇ ਜੇ? ਇਹ ਹੈਗਾ ਜੀ ਭੁੰਗੇ ਦੇ ਜਾਣੇ ਲਾਗੇ। ਭੁੰਗਾ ਹਰਿਆਣਾ। ਭੁੰਗਾ ਹਰਿਆਣਾ ਹਾਂਜੀ। ਕਿਹੜੇ ਜ਼ਿਲ੍ਹੇ 'ਚ ਪੈਂਦਾ ਇੱਧਰ? ਹੁਸ਼ਿਆਰਪੁਰ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਇਹ ਭੁੰਗਾ ਹਰਿਆਣਾ। ਅੱਛਾ। ਉੱਥੇ ਕਿੰਨਾ ਚਿਰ ਰਹੇ? ਉੱਥੇ 3 ਸਾਲ ਬੈਠੇ ਰਹੇ ਹਾਂ। ਅੱਛਾ। ਉੱਥੋਂ ਫਿਰ ਤੁਸੀਂ ਹੁਣ ਜਿਹੜਾ ਹੈਗਾ ਉੱਥੇ? ਨਹੀਂ ਜੀ, ਉੱਥੇ ਨਾ ਜਿਹੜੇ ਜ਼ਮੀਨ ਲਾਟ ਹੋ ਗਈ ਪੱਕੀ। ਹਾਂਜੀ। ਫਿਰ ਉੱਥੇ ਆਪਣੀ ਜ਼ਮੀਨ ਅਸੀਂ ਵੇਚੀ। ਹਾਂਜੀ। ਅਤੇ ਵੇਚ ਕੇ ਆ ਗਏ ਇੱਥੇ ਪਟਿਆਲੇ ਲਾਗੇ। ਅੱਛਾ। ਪਟਿਆਲੇ ਲਾਗੇ ਕਿਹੜਾ ਪਿੰਡ? ਪਟਿਆਲੇ ਲਾਗੇ ਅਸੀਂ ਰਾਈ ਮਾਜਰਾ। ਰਾਈ ਮਾਜਰਾ ਸਮਾਣੇ ਨਾਲ? ਸਮਾਣੇ ਸਮਾਣੇ ਦੇ ਨਾਲ ਹੀ ਪੈਂਦਾ, ਠੀਕ ਲੱਗ ਹੀ ਪੈਂਦਾ। ਅਤੇ ਚਲੋ ਅੱਛਾ, ਫਿਰ ਜਿਹੜਾ ਉਸ ਤੋਂ ਬਾਅਦ ਹੁਣ ਤੁਸੀਂ ਇੱਥੇ ਤੁਹਾਨੂੰ ਆਇਆਂ ਨੂੰ ਕਿੰਨਾ ਚਿਰ ਹੋ ਗਿਆ? ਇੱਥੇ ਜੀ 7-8 ਸਾਲ ਹੋ ਗਏ। 7-8 ਸਾਲ ਹੋ ਗਏ। ਹੁਣ ਬਾਪੂ ਜੀ ਆਪਾਂ ਇੱਕ ਤੁਹਾਨੂੰ ਮੈਂ ਸਵਾਲ ਪੁੱਛਦਾ, ਤੁਹਾਡੇ ਕਦੇ ਆਪਣਾ ਉਹ ਜਿਹੜਾ ਪਿਛਲਾ ਪਿੰਡ ਹੈ ਉਹ ਯਾਦ ਆਉਂਦਾ? ਆਉਂਦਾ ਪਰ ਹੁਣ ਹੁਣ ਜੇ ਤੁਹਾਨੂੰ ਉੱਥੇ ਲੈ ਕੇ ਚੱਲੀਏ ਤੁਹਾਡੇ ਪਿੰਡ, ਤੇ ਫਿਰ ਚੱਲੋਗੇ? ਜਾਣ ਨੂੰ ਚੱਲਿਆ ਮੈਂ, ਸਾਡਾ ਕੋਈ ਉੱਥੇ ਵਾਕਫ ਕੋਈ ਨਹੀਂ। ਨਹੀਂ ਫਿਰ ਵੀ ਉਹ ਜਿਹੜੀ ਜੰਮਣ ਭੋ ਹੁੰਦੀ ਆ ਜਿੱਥੇ ਆਪਾਂ ਖੇਡਦੇ ਹਾਂ, ਜਿੱਥੇ ਆਪਾਂ ਇਹਦੇ, ਠੀਕ ਹੈ ਤੁਹਾਡੀ ਗੱਲ। ਹਾਂ, ਸਾਡਾ ਕੋਈ ਹਾਣੀ ਨਹੀਂ ਕੋਈ ਸਾਨੂੰ। ਉਹ ਜਿਵੇਂ ਹੁਣ ਤੁਸੀਂ ਜਿਉਂਦੇ ਹੋ ਤੇ ਤੁਹਾਡੇ ਹਾਣੀ ਵੀ ਤਾਂ ਜਿਉਂਦੇ ਹੋਣਗੇ ਨਾ? ਅਸੀਂ ਪਛਾਣ ਨਹੀਂ ਸਕਦੇ ਇੱਕ ਦਿਨ, ਜਦੋਂ ਤੁਸੀਂ ਦੱਸੋਗੇ ਤਾਂ ਪਹਿਚਾਣ ਵੀ ਜਾਣਗੇ ਨਾ। ਮਰੀ ਗਏ ਹੁਣ ਅੱਬਲ ਦੇ ਪੈਰੇ। ਨਹੀਂ ਤੁਹਾਨੂੰ ਕੀ ਪਤਾ, ਹੁਣ ਤੁਸੀਂ ਵੀ ਤਾਂ ਜਿੰਦੇ ਹੋ। ਨਹੀਂ ਇਹ ਕੋਈ ਪਤਾ ਲੱਗਦਾ? ਅੱਛਾ ਚਲੋ। ਅੱਛਾ ਉਹ ਉਦਾਂ ਉਸ ਵੇਲਿਆਂ ਨੂੰ ਯਾਦ ਕਰਕੇ, ਉਹਨਾਂ ਵੇਲਿਆਂ ਨੂੰ, ਉਹਨਾਂ ਸਮਿਆਂ ਨੂੰ ਯਾਦ ਕਰਕੇ ਕਿੱਦਾਂ ਦਾ ਮਹਿਸੂਸ ਕਰਦੇ ਹੋ? ਬਹੁਤ ਔਖੇ, ਉਹ ਟਾਈਮ ਬੜਾ ਵਧੀਆ ਸੀ ਜੀ। ਉਹ ਟਾਈਮ ਜਦੋਂ ਯਾਦ ਆਉਣਾ ਆਉਣਾ ਕੋਈ ਯਾਦ ਦੁੱਖ ਕਰਨੇ ਸੀ। ਹਾਂਜੀ। ਆਮਦਨ ਲੋਕਾਂ ਨੂੰ ਹੁੰਦੀ ਸੀ ਆਪਣਾ, ਖਾਣਾ ਚੰਗਾ ਸੀ, ਲੋਕ ਸਾਦਾ ਜੀਵਨ ਸੀ ਲੋਕਾਂ ਦਾ, ਸਿੱਧੇ ਸਾਦੇ ਲੋਕ। ਚਲੋ ਰੱਬ ਸੋਹਣਾ ਰਹਿਮਤ ਬਖਸ਼ੇ ਜੀ। ਅਤੇ ਬਾਪੂ ਜੀ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਸਮਾਂ ਕੱਢਿਆ। ਕੋਈ ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ? ਤੁਹਾਡੇ ਜਿਹੜੇ ਉੱਧਰਲੇ ਜਿੱਥੋਂ ਤੁਸੀਂ ਉੱਠ ਕੇ ਆਏ ਹੋ, ਕਿਹੜਾ ਪਿੰਡ ਦੱਸਿਆ ਸੀ ਤੁਸੀਂ ਆਪਣਾ? ਟੋਟੀਆਂ ਕਿਆਲਾ। ਟੋਟੀਆਂ ਕਿਆਲਾ ਇਹ ਪੈਂਦਾ ਜੀ ਜ਼ਿਲ੍ਹੇ ਲਹਿਲਪੁਰ ਦੇ ਵਿੱਚ। ਅਤੇ ਕੋਈ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਹੁਣ ਵੱਸਦੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਉਹ ਨਾ ਉਹ ਜਿਹੜੀ ਯਾਦਾਂ ਜਿਹੜੀਆਂ ਤੁਹਾਡੀਆਂ ਜੁੜੀਆਂ ਹੋਈਆਂ ਨੇ ਜਿੱਥੇ ਖੇਡਦੇ ਸੀ, ਜਿੱਥੇ ਖੂਹਾਂ 'ਤੇ ਜਾਂ ਉੱਤੇ ਵੀ ਜੀ? ਹੁਣ ਅਰੇ ਉਦਾਂ ਧਿਆਨ ਆ ਜਾਏ ਨਾ। ਹਾਂ। ਅਤੇ ਪਿੰਡ ਤਾਂ ਪਿੰਡ ਪਿਛਲੇ ਚਲੇ ਜਾਈਦਾ। ਹੁਣ ਤੁਹਾਨੂੰ ਕਦੇ ਯਾਦ ਆਉਂਦਾ ਪਿੰਡ ਉਦਾਂ? ਆਉਂਦਾ ਕਦੀ ਕਦੀ। ਅੱਛਾ। ਮਰੰਬਾ ਸਾਡਾ ਚੜ੍ਹਦੇ ਬਣੇ। ਹਾਂ। ਛੱਪੜ ਲੰਘ ਕੇ ਜਾਂਦੇ ਨੇ। ਹਾਂ। ਅੱਛਾ ਅੱਛਾ। ਮੈਂ ਉਦੋਂ ਸਾਡੇ ਲੋਕ ਡੰਗਰ ਬਾਹਰ ਰੱਖਦੇ ਸੀ, ਜਿਹਨੇ ਲੈ ਜਾਣੇ। ਹਾਂਜੀ। ਅਤੇ ਰਾਤ ਟਕਾਲਾਂ ਨੂੰ ਘਰ ਨੂੰ ਲੈ ਆਉਣੇ, ਪੱਠੇ ਪੱਠੇ ਪਾ ਕੇ ਉੱਥੇ ਖੁਰਲੀਆਂ ਕਰਦੀਆਂ ਲੋਕਾਂ ਬਣਾਈਆਂ। ਰੱਬ ਸੋਹਣਾ ਰਹਿਮਤ ਬਖਸ਼ੇ। ਬਹੁਤ ਬਾਪੂ ਜੀ ਮਿਹਰਬਾਨੀ। ਹੁਣ ਤੁਹਾਡੀ ਕੋਈ ਤਕਲੀਫ ਤਾਂ ਨਹੀਂ? ਤੁਹਾਨੂੰ ਬਿਲਕੁਲ ਸਰੀਰ ਤੰਦਰੁਸਤ ਹੈ? ਕਮਜ਼ੋਰੀ ਆ ਹੋਰ ਤਕਲੀਫ। ਅੱਛਾ ਅੱਛਾ। ਘਿਓ ਖਾਇਆ ਕਰੋ ਹੁਣ ਤੁਸੀਂ, ਘਿਓ ਹੋਰ ਖਾ ਲਿਆ ਕਰੋ। ਕਹਿੰਦੇ ਆ ਇਹਨਾਂ ਨੂੰ ਆਪਣੇ ਵੀ ਘਿਓ ਭਾਈ ਬਾਪੂ ਨੂੰ ਦਿਆ ਕਰੋ। ਅੱਛਾ ਤੁਹਾਡੇ ਵੇਲੇ ਤੁਸੀਂ ਇੱਕ ਹੋਰ ਦੱਸਦੇ ਸੀ, ਜਿਹੜਾ ਘਿਓ ਸੀ ਉਹ ਕਿੰਨੇ ਕੁ ਦਾ ਮਿਲ ਜਾਂਦਾ ਸੀ ਭਲਾ? ਉਦੋਂ ਰੁਪਈਏ ਕਿਲੋ ਹੁੰਦਾ ਪਾਕਿਸਤਾਨ 'ਚ, ਰੁਪਈਏ ਦਾ ਸੇਰ ਹੁੰਦਾ ਸੀ, ਸੇਰ ਉਦੋਂ ਚੱਲਦੇ ਸੀ। ਜਾਣੀ ਇਹ ਰੁਪਈਏ ਜਿਹੜੇ ਸੀ 800 ਗ੍ਰਾਮ ਦਾ ਕਹਿ ਲਓ ਤੁਸੀਂ, ਜਿਹੜੇ ਰੁਪਈਏ ਹੁੰਦੇ ਸੀ ਅਤੇ ਰੋਡਾ ਹੁੰਦਾ ਸੀ, ਇੱਕ ਬੋਲੀ ਵਾਲਾ ਅੰਗਰੇਜ਼ ਹੁੰਦਾ ਸੀ, ਉਹਨਾਂ ਦੇ ਰੁਪਈਏ ਹੁੰਦੇ ਸੀ ਵੇਖੇ ਆਪ। ਅੱਛਾ ਅੱਛਾ। ਨਹੁੰ ਦੇ ਪਾ ਕੇ ਖੜਕਾਉਣੇ ਚਾਂਦੀ ਦੇ। ਚਲੋ ਠੀਕ ਹੈ ਬਾਪੂ ਜੀ, ਬਹੁਤ ਮਿਹਰਬਾਨੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।